हेलो फ्रेंड गिल्स मैंटोर ई लर्निंग प्लेटफॉर्म से स्वागत है अज ट्वेंटी थर्ड अक्टूबर है तो आप रेडी अपने करंट अफेयर सैशन के न करंट अफेयर सैशन जो कि इंपोर्टेंट होएगा डिफरेंट डिफरेंट एग्जाम्स पंजाब पटवारी पी पी एस सी एस एससी जी एल सी एच एस एल और बैंकिंग एग्जामी आप स्टार्ट करेंगे अच्छा सैशन सब तो पहले सैशन शेयर करना स्टार्ट कर दो जिते भी शेयर कर सकते हो वट्सएप टैलीग्राम फेसबुक जिथे भी ਤੁਸੀਂ ਆਪਣੇ ਫਰੈਂਡਸ ਦੇ ਨਾਲ ਜੁੜੇ ਹੋਏ ਹੋ ਸੈਸ਼ਨ ਨੂੰ ਸ਼ੇਅਰ ਕਰਨਾ ਸਟਾਰਟ ਕਰ ਦਿਓ। ਆਈਬੀਪੀਐਸ ਆਰਆਰਬੀ ਜੇਪੰਜਾਬ ਪੰਜਾਬ ਪੁਲਿਸ ਐਸਆਈ ਔਰ ਪਟਵਾਰੀ ਦੇ ਲਈ ਅਗਰ ਤੁਸੀਂ ਬੈਚਸ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਵੀ ਤੁਸੀਂ ਵੈਬਸਾਈਟ ਤੇ ਵਿਜ਼ਿਟ ਕਰ ਸਕਦੇ ਹੋ ਜਾਂ ਫਿਰ ਤੁਸੀਂ ਸਾਡੀ ਐਪਲੀਕੇਸ਼ਨ ਡਾਊਨਲੋਡ ਕਰ ਸਕਦੇ ਹੋ। ਵੈਬਸਾਈਟ ਦਾ ਲਿੰਕ ਇੱਥੇ ਦਿੱਤਾ ਹੋਇਆ ਹੈ ਇਸੇ ਤਰੀਕੇ ਦੇ ਕ੍ਰੈਸ਼ ਕੋਰਸ ਯਾ ਮੌਕ ਟੈਸਟ ਸੀਰੀਜ਼ ਵੀ ਅਗਰ ਤੁਸੀਂ ਬਾਏ ਕਰਨਾ ਚਾਹੁੰਦੇ ਹੋ ਤਾਂ ਵੀ ਤੁਸੀਂ ਵੈਬਸਾਈਟ ਨੂੰ ਵਿਜ਼ਿਟ ਕਰ ਸਕਦੇ ਹੋ। ਚੈਨਲ ਨੂੰ ਫਸਟ ਟਾਈਮ ਵਿਜ਼ਿਟ ਕਰ ਰਹੇ ਹਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲ ਆਪਾਂ ਸਟਾਰਟ ਕਰਦੇ ਹਾਂ ਸੈਸ਼ਨ ਸਭ ਤੋਂ ਪਹਿਲੇ ਉਹਨਾਂ ਨਿਊਜ਼ ਨੂੰ ਆਪਾਂ ਡਿਸਕਸ ਕਰਦੇ ਹੁੰਨੇ ਆ ਰਿਵੀਜ਼ਨ ਕਰਦੇ ਹਾਂ ਜਿਨ੍ਹਾਂ ਨੂੰ ਕੱਲ ਆਪਾਂ ਐਨਸੀਕਯੂ ਫਾਰਮ ਦੇ ਵਿੱਚ ਡਿਸਕਸ ਕੀਤਾ ਸੀ ਉਸ ਤੋਂ ਬਾਅਦ ਚੱਲਾਂਗੇ ਅੱਜ ਦੀ ਮੋਸਟ ਇੰਪੋਰਟੈਂਟ ਨਿਊਜ਼ ਨੂੰ ਐਮਸੀਕਯੂ ਫਾਰਮ ਦੇ ਵਿੱਚ ਡਿਸਕਸ ਕਰਾਂਗੇ 21 ਅਕਤੂਬਰ ਨੂੰ ਨੈਸ਼ਨਲ ਪੁਲਿਸ ਕਮੇਮੋਰੇਸ਼ਨ ਡੇ ਅਬਜ਼ਰਵ ਕੀਤਾ ਗਿਆ ਨੈਸ਼ਨਲ ਪੁਲਿਸ ਕਮੇਮੋਰੇਸ਼ਨ ਡੇ 21 ਅਕਤੂਬਰ ਨੂੰ ਅਬਜ਼ਰਵ ਕੀਤਾ ਗਿਆ ਇਸ ਨੂੰ 1959 ਦੇ ਵਿੱਚ ਆਬਜ਼ਰਵ ਕਰਨਾ ਸ਼ੁਰੂ ਕੀਤਾ ਗਿਆ ਸੀ ਆਪਾਂ ਡਿਸਕਸ ਕੀਤਾ ਸੀ ਇਸ ਨੂੰ ਕਿਉਂ ਆਬਜ਼ਰਵ ਕੀਤਾ ਜਾਂਦਾ ਹੈ ਕਿਉਂਕਿ ਇੰਡੀਅਨ ਸੋਲਜਰ ਸੀਗੇ ਜਿਨ੍ਹਾਂ ਦੀ ਡੈਥ ਹੋ ਗਈ ਸੀ ਬੇਸਿਕਲੀ ਕੀ ਹੋਇਆ ਸੀ 1959 ਦੇ ਵਿੱਚ ਚਾਈਨਸ ਸੋਲਜਰ ਦੁਆਰਾ ਅਟੈਕ ਕੀਤਾ ਗਿਆ ਸੀ ਜਿਨ੍ਹਾਂ ਦੇ ਵਿੱਚ ਇੰਡੀਅਨ ਸੋਲਜਰ ਦੀ ਡੈਥ ਹੋ ਗਈ ਸੀ ਉਸ ਕਰਕੇ ਇਸ ਨੂੰ ਆਬਜ਼ਰਵ ਕੀਤਾ ਜਾਂਦਾ ਹੈ ਨੈਸ਼ਨਲ ਸੋਲੀਡਿਟੀ ਡੇ ਨੈਸ਼ਨਲ ਸੋਲੀਡਿਟੀ ਡੇ 20th ਅਕਤੂਬਰ ਨੂੰ ਆਬਜ਼ਰਵ ਕੀਤਾ ਜਾਂਦਾ ਹੈ ਇਹ ਆਰਮਡ ਫੋਰਸਿਸ ਨੂੰ ਓਨਰ ਕਰਨ ਦੇ ਲਈ ਆਬਜ਼ਰਵ ਕੀਤਾ ਜਾਂਦਾ ਹੈ ਇਹ 1962 ਦੀ ਵਾਰ ਸੀ ਜਿਹੜੀ ਇੰਡੀਆ ਚਾਈਨਾ ਦੀ 1962 ਵਾਰ ਦੇ ਵਿੱਚ ਇੰਡੀਅਨ ਆਰਮਡ ਫੋਰਸਸ ਨੇ ਜਿਹੜੇ ਰੋਲ ਅਦਾ ਕੀਤਾ ਸੀ ਉਸ ਦੇ ਲਈ ਇਸ ਨੂੰ ਅਬਜ਼ਰਵ ਕੀਤਾ ਜਾਂਦਾ ਹੈ 1966 ਦੇ ਵਿੱਚ ਇਸ ਨੂੰ ਅਬਜ਼ਰਵ ਕਰਨਾ ਸ਼ੁਰੂ ਕੀਤਾ ਗਿਆ ਸੀ World Osteoporosis Day World Osteoporosis Day 20th October ਨੂੰ 20th October ਨੂੰ World Osteoporosis Day ਅਬਜ਼ਰਵ ਕੀਤਾ ਜਾਂਦਾ ਹੈ ਨੈਕਸਟ DRDO DRDO ਦੁਆਰਾ ਸਕਸੈਸਫੁਲੀ ਟੈਸਟ ਕੀਤੀ ਗਈ ਇੱਕ ਮਿਸਾਈਲ स्टैंड ऑफ एंटी टैंक मिसाइल यानी कि संत मिसाइल संत मिसाइल टेस्ट की गई चंदीपुर उड़ीसा तो यह नाग मिसाइल का ही एक वर्जन है जिस तरीके हैलीना है, है उसी तरीके संत मिसाइल नाग मिसाइल का एक वर्जन है जिड़ी कि एयर टू सरफेस मिसाइल है और पंद्रह तो भी किलोमीटर तक इसकी स्ट्राइक रेंज है स्पैशली एंटी टैंक मिसाइल है इंपोर्टेंट मिसाइल है याद रखनी है India. India इंडिया इंडिया ਚੌਥੇ ਰੈਂਕ ਤੇ ਰਿਹਾ ਏਸ਼ੀਆ ਪਾਵਰ ਇੰਡੈਕਸ ਦੇ ਵਿੱਚ ਏਸ਼ੀਆ ਪਾਵਰ ਇੰਡੈਕਸ 2020 ਦੇ ਵਿੱਚ ਇੰਡੀਆ ਕਿੰਵੇਂ ਰੈਂਕ ਤੇ ਰਿਹਾ फोर्थ ਰੈਂਕ ਤੇ ਰਿਹਾ ਆਊਟ ਆਫ 26 ਕੰਟਰੀਜ਼ ਇਸ ਇੰਡੈਕਸ ਨੂੰ ਯੂ ਐਸ ਏ ਦੁਆਰਾ ਟਾਪ ਕੀਤਾ ਗਿਆ ਸੈਕਿੰਡ ਪਲੇਸ ਤੇ ਚਾਈਨਾ ਔਰ ਥਰਡ ਪਲੇਸ ਤੇ ਜਾਪਾਨ ਰਿਹਾ फोर्थ ਪਲੇਸ ਤੇ ਆਪਣਾ ਇੰਡੀਆ ਰਿਹਾ ਨੈਕਸਟ ਹੈ ਇੰਡੀਆ ਸੈਕਿੰਡ ਰੈਂਕ ਤੇ ਰਿਹਾ 44th ਐਡੀਸ਼ਨ ਆਫ ਇੰਟਰਨੈਸ਼ਨਲ ਮਾਈਗ੍ਰੇਸ਼ਨ ਆਊਟਲુક ਇੰਟਰਨੈਸ਼ਨਲ ਮਾਈਗ੍ਰੇਸ਼ਨ ਆਊਟਲੁੱਕ 2020 ਦੇ ਵਿੱਚ ਇੰਡੀਆ ਕਿੰਨੇਵੇਂ ਨੰਬਰ ਤੇ ਹੈ ਸੈਕਿੰਡ ਨੰਬਰ ਤੇ ਹੈ ਫਰਸਟ ਨੰਬਰ ਤੇ ਚਾਈਨਾ ਦੇ ਹੈ ਇਸ ਇੰਡੈਕਸ ਨੂੰ OECD ਦੁਆਰਾ ਰਿਲੀਜ਼ ਕੀਤਾ ਜਾਂਦਾ ਹੈ ਨੈਕਸਟ ਹੈ ਇੰਡੀਆ ਸੋਲੀਸਟਰਲ ਜਰਨਲ ਇੰਡੀਆ ਦੇ ਜਿਹੜੇ ਸੋਲੀਸਟਰਲ ਜਰਨਲ ਨੇ ਤੁਸ਼ਾਰ ਮਹਿਤਾ ਕੋ ਨੇ ਤੁਸ਼ਾਰ ਮਹਿਤਾ ਇਹਨਾਂ ਦੁਆਰਾ 18th ਮੀਟਿੰਗ ਦੇ ਵਿੱਚ ਪਾਰਟਿਸਿਪੇਟ ਕੀਤਾ ਗਿਆ ਪ੍ਰੋਸਕਿਊਟਰ ਜਨਰਲ ਜੀ ਪ੍ਰੋਸਕਿਊਟਰ ਜਨਰਲ ਜੀ दे विच, दे जर, दे, मीटिंग दे दोसीक्यूटर ज दे प्रोसीक्यूटर जनरल दी मीटिंग ने पार्टिसिपेट किया तुषार मेहता ने इस अलावा तो यह भी अनाउंस किया गया कि टू थाउजेंड ट्वेंटी वन की मीटिंग भी इंडिया के ऑर्गेनाइज की जाएगी टू थाउजेंड ट्वेंटी वन की प्रोसीक्यूटर जनरल की मीटिंग इंडिया के ऑरगनाइज की जाएगी नैक्स्ट है ਯੂ ਐਸ ਏ ਸਪੇਸ ਏਜੰਸੀ ਯੂ ਐਸ ਏ ਦੀ ਸਪੇਸ ਏਜੰਸੀ ਨਾਸਾ ਨੇ ਨੋਕੀਆ ਦੇ ਨਾਲ ਪਾਰਟਨਰਸ਼ਿਪ ਕੀਤੀ ਸੀ ਟੂ ਇੰਸਟਾਲ 4G ਟੈਕਨੋਲੋਜੀ ਔਨ ਮੂਨ 4G ਟੈਕਨੋਲੋਜੀ ਨੂੰ ਮੂਨ ਦੇ ਉੱਤੇ ਇੰਸਟਾਲ ਕਰਨ ਦੇ ਲਈ ਨਾਸਾ ਦੁਆਰਾ ਪਾਰਟਨਰਸ਼ਿਪ ਕੀਤੀ ਗਈ ਸੀ ਆਈ ਆਈ ਟੀ ਮਦਰਾਸ ਆਈ ਆਈ ਟੀ ਮਦਰਾਸ ਦੁਆਰਾ ਇੱਕ ਫੁੱਲੀ ਆਟੋਮੇਟਡ ਡਾਇਰੈਕਟ ਪਲੇਟਫਾਰਮ ਪੇਮੈਂਟ ਪਲੇਟਫਾਰਮ ਮੂਪੇ ਮੂਪੇ ਪਲੇਟਫਾਰਮ ਆਈ ਆਈ ਟੀ ਮਦਰਾਸ ਦੁਆਰਾ ਬਣਾਇਆ ਗਿਆ ਡੈਰੀ ਫਾਰਮਰਸ ਦੇ ਲਈ ਰਾਜਸਥਾਨ ਦੇ ਵਿੱਚ ਰਾਜਸਥਾਨ ਦੇ ਡੈਰੀ ਫਾਰਮਰਸ ਦੇ ਲਈ ਮੂਪੇ ਪੇਮੈਂਟ ਪਲੇਟਫਾਰਮ ਬਣਾਇਆ ਗਿਆ ਆਈਆਈਟੀ ਮਦਰਾਸ ਦੁਆਰਾ ਪੋਰਟਰੇਟਸ ਆਫ ਪਾਵਰ ਇੱਕ ਬੁੱਕ ਰਿਲੀਜ਼ ਕੀਤੀ ਗਈ ਆਟੋ ਬਾਇਓਗ੍ਰਾਫੀ ਰਿਲੀਜ਼ ਕੀਤੀ ਗਈ ਪੋਰਟਰੇਟਸ ਆਫ ਪਾਵਰ ਹਾਫ ਅ ਸੈਂਚਰੀ ਆਫ ਬੀਇੰਗ ਐਟ ਰਿੰਗਸਾਈਡ ਇਹ ਆਟੋ ਬਾਇਓਗ੍ਰਾਫੀ ਕਿੰਨਾ ਦੀ ਹੈ 15th ਫਾਈਨੈਂਸ ਕਮਿਸ਼ਨ ਦੇ ਚੇਅਰਪਰਸਨ 15th ਫਾਈਨੈਂਸ ਕਮਿਸ਼ਨ ਹੈ ਜਿਹੜਾ ਉਦਤ ਚੇਅਰਮੈਨ ਕੋਨ ਨੇ ਐਨਕੇ ਸਿੰਘ ਐਨਕੇ ਸਿੰਘ ਦੀ ਆਟੋ ਬਾਇਓਗ੍ਰਾਫੀ ਰਿਲੀਜ਼ ਕੀਤੀ ਗਈ 6th एडिशन ऑफ इंडिया इंटरनेशनल साइंस फेस्टिवल इंडिया इंटरनेशनल साइंस फेस्टिवल ਦਾ 6th एडिशन ਹੈ ਜਿਹੜਾ 6th एडिशन ਹੈ 2020 ਦਾ ਇਸ ਨੂੰ ਹੈਲਡ ਕੀਤਾ ਜਾਇਗਾ ਜਾਏਗਾ 22nd ਤੋਂ ਲੈ ਕੇ 25th ਦਸੰਬਰ ਦੇ ਵਿੱਚ ਹਰ ਸਾਲ ਵੈਨਿਊ ਇੰਪੋਰਟੈਂਟ ਬੰਦ ਹੈ ਇਸ ਸਾਲ ਇਸ ਨੂੰ ਆਨਲਾਈਨ ਫਾਰਮ ਦੇ ਵਿੱਚ ਆਰਗੇਨਾਈਜ਼ ਕੀਤਾ ਜਾਏਗਾ ਇਸ ਕਰਕੇ ਇਸ ਦਾ एडिशन ਯਾਦ ਜ਼ਰੂਰ ਰੱਖਣਾ ਹੈ 6th एडिशन ਅਗਰ ਪੁੱਛਿਆ ਜਾਏਗਾ एडिशन ਪੁੱਛਿਆ ਜਾਏਗਾ ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ ਨੈਕਸਟ ਇਜ਼ਰਾਈਲ ਇਜ਼ਰਾਈਲ ਇਜ਼ ਗੋਇੰਗ ਟੂ ਸਟਾਰਟ ਵਾਟਰ ਅਟੈਚੇ ਯਾ ਕਹਿ ਸਕਦੇ ਆ ਐਗਰੀਕਲਚਰ ਅਟੈਚੇ ਕਦੋਂ ਤੋਂ ਜਨਵਰੀ 2021 ਦੇ ਨਾਲ ਇੰਡੀਆ ਦੇ ਨਾਲ ਇੰਡੀਆ ਦੇ ਨਾਲ ਮਿਲ ਕੇ ਇਜ਼ਰਾਈਲ ਵਾਟਰ ਅਟੈਚੇ ਯਾ ਐਗਰੀਕਲਚਰ ਅਟੈਚੇ ਸ਼ੁਰੂ ਕਰੇਗਾ ਬੇਸਿਕਲੀ ਕੀ ਕੀਤਾ ਜਾਏਗਾ ਇਸ ਇਨੀਸ਼ੀਏਟਿਵ ਦੇ ਅੰਡਰ ਜਿਹੜੀ ਇਜ਼ਰਾਈਲ ਦੀ ਟੈਕਨੋਲੋਜੀਜ਼ ਨੇ ਇੰਡੀਆ ਦੇ ਵਿੱਚ ਯੂਜ਼ ਕੀਤੀਆਂ ਜਾਣਗੀਆਂ ਇੰਡੀਆ ਦੇ ਵਾਟਰ ਮੈਨੇਜਮੈਂਟ ਔਰ ਐਗਰੀਕਲਚਰ ਸੈਕਟਰ ਨੂੰ ਇੰਪਰੂਵ ਕਰਨ ਦੇ ਲਈ ਵਾਟਰ ਮੈਨੇਜਮੈਂਟ ਸੈਕਟਰ ਔਰ ਐਗਰੀਕਲਚਰ ਸੈਕਟਰ ਨੂੰ ਇੰਪਰੂਵ ਕਰਨ ਦੇ ਲਈ ਇੰਡੀਆ ਔਰ ਓਮਾਨ ਦੀ ਗੱਲ ਕਰਦੇ ਹਾਂ ਇੰਡੀਆ ਓਮਾਨ ਦਾ 9th ਮੀਟਿੰਗ ਹੈਲਡ ਕੀਤੀ ਗਈ ਵਰਚੁਅਲ ਮੀਟਿੰਗ ਜੁਆਇੰਟ ਕਮਿਸ਼ਨ ਦੀ ਵਰਚੁਅਲ ਮੀਟਿੰਗ ਨੂੰ ਹਾਊਸਿੰਗ ਐਂਡ ਅਰਬਨ ਅਫੇਅਰਸ ਮਿਨਿਸਟਰ ਹਰਦੀਪ ਸਿੰਘ ਪੁਰੀ ਦੁਆਰਾ ਪਾਰਟਿਸਿਪੇਟ ਕੀਤਾ ਗਿਆ ਇਸ ਦੇ ਨਾਲ ਹੀ ਐਮਓਯੂ ਵੀ ਸਾਈਨ ਕੀਤੇ ਗਏ ਮਾਈਨਿੰਗ ਦੇ ਲਈ ਮਾਈਨਿੰਗ ਮੀਟੀਰੋਲੋਜੀ ਔਰ ਫਾਈਨੈਂਸ਼ੀਅਲ ਇੰਟੈਲੀਜੈਂਸ ਕਲਚਰਲ ਐਕਸਚੇਂਜ ਦੇ ਲਈ ओमान दी कैपिटल जरूरी याद रखनी है ओमान कैपिटल मस्कट है करेंसी रियाल चलती है नेक्स्ट है इंडियन बैंक इंडियन बैंक द्वारा आईआईटी मद्रास ਦੇ ਨਾਲ आईआईटी मद्रास ਦੇ ਇਨਕੂਬੇਸ਼ਨ 셀 ਦੇ ਨਾਲ ਪਾਰਟਨਰਸ਼ਿਪ ਕੀਤੀ ਗਈ ਤਾਂ ਕਿ ਇੱਕ आईएनडी स्प्रिंग बोर्ड इंड स्प्रिंग बोर्ड लॉन्च ਕੀਤਾ ਜਾ ਸਕੇ ਫੰਡਿੰਗ 스타ਟਅਪਸ 스타ਟਅਪਸ ਨੂੰ ਫੰਡਿੰਗ ਕਰਨ ਦੇ ਲਈ आईएनडी स्प्रिंग बोर्ड ਕਿੰਨਾ ਦੁਆਰਾ ਕਿਹੜੇ ਬੈਂਕ ਦੁਆਰਾ ਸ਼ੁਰੂ ਕੀਤਾ ਗਿਆ ਇੰਡੀਅਨ ਬੈਂਕ ਦੁਆਰਾ ਇੰਡੀਅਨ ਬੈਂਕ ਨੇ ਆਈਐਨਡੀ ਸਪ੍ਰਿੰਗ ਬੋਰਡ ਇਨੀਸ਼ੀਏਟਿਵ ਲਾਂਚ ਕਰਨ ਦੇ ਲਈ ਕਿਸ ਆਈਆਈਟੀ ਦੇ ਨਾਲ ਪਾਰਟਨਰਸ਼ਿਪ ਕੀਤੀ ਆਈਆਈਟੀ ਮਦਰਾਸ ਦੇ ਨਾਲ ਠੀਕ ਹੈ ਇਸ ਤਰੀਕੇ ਨਾਲ ਕੁਸ਼ਣ ਪੁੱਛੇ ਜਾ ਸਕਦੇ ਨੇ ਯਾਦ ਰੱਖਣੇ ਨੈਕਸਟ ਹੈ ਬਹਿਰੈਨ ਦੇ ਬਹਿਰੈਨ ਦੇ ਸਲਵਾ ਈਦ ਨਿਸਾਰ ਸਲਵਾ ਈਦ ਨਸੀਰ ਇਹਨਾਂ ਇਹ ਬਹਿਰੈਨ ਦੇ ਤੋਂ ਬਿਲੋਂਗ ਕਰਦੇ ਨੇ 400 ਮੀਟਰ ਵਰਲਡ ਚੈਂਪੀਅਨ ਨੇ इन्हों तो डॉपिंग चार्जि लगाए गए थे हूँ उन्होंने रिमूव किया गया डॉपिंग चार्जि रिमूव किए गए हैं या रखने बहरीन कैपिटल मनामा है करंसी दिनार चल है झारखंड झारखंड द्वारा वैबसाइट लॉन्च की गई है डायरैक्टरेट ऑफ स्पोर्ट्स एंड यूथ अफेयर फॉर स्पोर्ट्स डायरैक्टेट ऑफ स्पोर्ट्स एंड यूथ अफेयर फॉर स्पोर्ट्स ਇਸ ਲਈ ਵੈਬਸਾਈਟ ਲਾਂਚ ਕੀਤੀ ਗਈ ਹੈ ਤਾਂ ਕਿ Jharkhand ਦੇ ਵਿੱਚ sports ਨੂੰ promote ਕੀਤਾ ਜਾ ਸਕੇ Jharkhand Chief Minister Hemant Soren नेक्स्ट रोड ट्रांसपोर्ट एंड ਹਾਈਵੇਜ਼ ਮਿਨਿਸਟਰ रोड ट्रांसपोर्ट एंड ਹਾਈਵੇਜ਼ ਮਿਨਿਸਟਰ ਕੋਲ ਨੇ ਨਿਤਿਨ ਗੜਕਰੀ ਨੇ ਇਹਨਾਂ ਦੁਆਰਾ ਫਾਊਂਡੇਸ਼ਨ ਸਟੋਨ ਰੱਖਿਆ ਗਿਆ ਫਰਸਟ ਐਵਰ ਮਲਟੀ ਮੋਡਲ ਲੌਜਿਸਟਿਕ ਪਾਰਕ ਦਾ ਫਰਸਟ ਐਵਰ ਮਲਟੀ ਮੋਡਲ ਲੌਜਿਸਟਿਕ ਪਾਰਕ ਦਾ ਫਾਊਂਡੇਸ਼ਨ ਸਟੋਨ ਰੱਖਿਆ ਗਿਆ ਅਸਮ ਦੇ ਵਿੱਚ ਇਥੇ ਅਸਮ ਦੇ ਵਿੱਚ ਅੰਡਰ ਭਾਰਤ ਮਾਲਾ ਪ੍ਰੋਜੈਕਟ ਨੈਕਸਟ ਹੈ ਫੂਲ ਬਗਨ ਫੂਲ ਬਗਨ ਰੇਲਵੇ ਸਟੇਸ਼ਨ ਦੇ ਬਾਰੇ ਆਪਾਂ ਡਿਸਕਸ ਕੀਤਾ ਸੀ ਫੂਲ ਬਗਨ ਰੇਲਵੇ ਸਟੇਸ਼ਨ West Bengal ਦੇ ਵਿੱਚ ਜਿੱਥੇ ਜਿਹੜਾ ਕਿ ਪਹਿਲਾ ਅੰਡਰਵਾਟਰ ਮੈਟਰੋ ਸਟੇਸ਼ਨ ਹੈ East West Metro Corridor ਦਾ ਫਰਸਟ ਅੰਡਰਵਾਟਰ ਮੈਟਰੋ ਸਟੇਸ਼ਨ ਰੀਵਰ ਹੁਗਲੀ ਦੇ ਉੱਤੇ 16.6 ਕਿਲੋਮੀਟਰ ਦਾ ਕੋਰੀਡੋਰ ਹੈ ਜਿਸ ਨੂੰ ਇਨੋਗਰੇਟ ਕੀਤਾ ਗਿਆ ਸੀ ਪਿਊਸ਼ ਗੋਇਲ ਦੁਆਰਾ नेशनल ग्रीन ट्रिब्यूनल नेशनल ग्रीन ट्रिब्यूनल गिव्स क्लियरेंस टू द कालेश्वरम लिफ्ट इरिगेशन प्रोजेक्ट कालेश्वरम लिफ्ट इरिगेशन प्रोजेक्ट ऑफ तेलंगाना गोदावरी रिवर के उत्ते गोदावरी रिवर तेलंगाना कालेश्वरम लिफ्ट इरिगेशन प्रोजेक्ट बनाया जा रहा है ठीक है क्वेश्चन पूछा जाएगा कालेश्वरम लिफ्ट इरीगे प्रोजैक्ट कि स्टेट बनाया जा रहा है तेलंगाना जो कि मिशन भागीरथी और मिशन मिशन कताकियां सपोर्ट करेगा ड्रिंकिंग वाटर प्रोवाइड करवा ड्रिंकिंग वाटर प्रोवाइड करवा नेक्स्ट है ओडिशा, ओडिशा गवर्नमेंट द्वारा म्यू मो विद्युत पोर्टल लॉन्च किया गया मोह विद्युत पोर्टल और एप्लीकेशन लॉन्च की गई है ओडिशा द्वारा इलेक्ट्रिसिटी कंज्यूमर दे इलैक्ट्रीसिटी कंज्यूमर स्टेट के इलैक्ट्रीसिटी कंज्यूमर नैक्सट चलते हैं स्टैरिक पोर्शन के वैस्ट बंगाल डिस्कस करा कैपीटल एंड लार्जस सिटी कोलकाता है कदों बनाई गई सी ट्वेंटी सिक्स जनवरी नाइनटीन फिफ्टी बनाई गई सी चीफ मिनिस्टर कौन ने ममता बैनरजी ने गवर्नर की गल करते हैं जगदीप धनकर चीफ मिनिस्टर ममता बैनरजी गवर्नर जगदीप धनकर ने ट्वेंटी थ्री डिस्ट्रिक्स बयाली सभा सीट्स राज्यसभा सीट्स सोलह ने दो सौ पचानवे विधानसभा की सीट्स ने यानी कि यूनी कैमरल लैजिसलेचर है बॉडर स्टेट के झारखंड बिहार उड़ीसा सिक्किम और, और असम के नाल बॉर्डर शेयर करता है वैसट बेंगोल कंट्रीज़ बंगलादेश भूटान और नेपाल के नाल बॉर्डर शेयर करता है वैसट बेंगोल स्टेट लैंगुएजि गल करिए इंग्लिश और बेंगाली डोमीनेंट लैंगुएजिज़ ने इतने सुंदरबन नैशनल पार्क बक्सा नैशनल पार्क न्योरा वैली नैशनल पार्क जलदापरा नैशनल पार्क काफ़ी इंपोर्टेंट नैशनल पार्कस ने सब तो ज़्यादा सुंदरबन इंपोर्टेंट है सुंदरबन नैशनल पार्क वैसट बेंगोल्ब ਬਕਸਾ ਨੈਸ਼ਨਲ ਪਾਰਕ ਵੈਸਟ ਬੰਗਾਲ ਦੇ ਵਿੱਚ ਨਿਉਰਾ ਵੈਲੀ ਔਰ ਜਾਇਦਾਪੜਾ ਵੈਸਟ ਬੰਗਾਲ ਹਾਵੜਾ ਬ੍ਰਿਜ ਹੁਗਲੀ ਰਿਵਰ ਦੇ ਕਿਨਾਰੇ ਹਾਵੜਾ ਬ੍ਰਿਜ ਹੈ ਹੁਨੇ ਆਪਾਂ న్యూ ਡਿਸਕਸ ਕੀਤੀ ਸੀ ਹੁਗਲੀ ਰਿਵਰ ਦੇ ਕਿਨਾਰੇ ਹੁਗਲੀ ਰਿਵਰ ਦੇ ਉੱਤੇ ਕਿਹੜਾ ਬ੍ਰਿਜ ਬਣਿਆ ਹੋਇਆ ਹੈ ਹਾਵੜਾ ਬ੍ਰਿਜ ਹੁਗਲੀ ਰਿਵਰ ਦੇ ਕਿਨਾਰੇ ਕੋਲਕਾਤਾ ਸਥਿਤੀ ਬਣੀ ਹੋਈ ਹੈ ਸਟੇਟ ਐਨੀਮਲ ਫਿਸ਼ਿੰਗ ਕੈਟ ਵੈਰੀ ਇੰਪੋਰਟੈਂਟ ਸਟੇਟ ਐਨੀਮਲ ਫਿਸ਼ਿੰਗ ਕੈਟ ਹੈ ਸਟੇਟ ਟਰੀ ਡੈਵਿਲ ਟਰੀ ਹੈ ਫਿਸ਼ਿੰਗ ਕੈਟ ਨੂੰ ਓਡੀਸ਼ਾ ਦੀ ਚਿਲਕਾ ਲੇਕ ਦਾ ਐਮਬੈਸਾਡਰ ਬਣਾਇਆ ਗਿਆ ਯਾਦ ਰੱਖਣੇ ਸਟੇਟ ਬर्ड ਵਾਈਟ ਕਿੰਗ ਫਿਸ਼ਰ ਸਟੇਟ ਫਲਾਵਰ ਨਾਈਟ ਫਲਾਵਰਿੰਗ ਜੈਸਮੀਨ ਇਸ ਤੋਂ ਇਲਾਵਾ ਰਾਏਗੰਜ ਵਰਲਡ ਸੈਂਚਰੀ ਐਸਐਸਸੀ ਦੇ ਵਿੱਚ ਕਾਫੀ ਵਾਰ ਪੁੱਛੀ ਗਈ ਹੈ ਰਾਏਗੰਜ ਬर्ड ਸੈਂਚਰੀ ਕਿੱਥੇ ਹੈ West Bengal ਦੇ ਵਿੱਚ ਨੈਕਸਟ ਚੱਲਦੇ ਆ ਅੱਜ ਦੀ ਅੱਛਾ ਇੱਕ ਅਨਾਉਂਸਮੈਂਟ ਸੀ ਕਿ ਜਿਹੜੇ ਸਟੇਟਸ ਨੇ ਸਟੇਟਸ ਆਪਣੇ ਕੰਪਲੀਟ ਹੋ ਚੁੱਕੀਆਂ ਨੇ ਹੁਣ ਆਪਾਂ ਸ਼ੁਰੂ ਨੈਕਸਟ ਅਗੇ ਕੀ ਸ਼ੁਰੂ ਕਰਨਾ ਹੈ ਕਮੈਂਟ ਬਾਕਸ ਦੇ ਵਿੱਚ ਤੁਸੀਂ ਦੱਸੋਗੇ ਠੀਕ ਹੈ ਕਮੈਂਟ ਬਾਕਸ ਦੇ ਵੀ ਦੱਸਿਓ ਲਾਈਵ ਚੈਟ ਦੇ ਵਿੱਚ ਨਹੀਂ ਕਮੈਂਟ ਬਾਕਸ ਦੇ ਵੀ ਦੱਸਿਓ ਮੈਨੂੰ ਵੀ ਤੁਸੀਂ ਨੈਕਸਟ ਅੱਗੇ ਕੀ ਸ਼ੁਰੂ ਕਰਨਾ ਚਾਹੁੰਦੇ ਹੋ ਸਟੈਟਿਕ ਪੋਰਸ਼ਨ ਦੇ ਵਿੱਚ ਆਪਾਂ ਚੱਲਦੇ ਹਾਂ ਨੈਕਸਟ ਅੱਜ ਦੀ ਫਰਸਟ ਨਿਊਜ਼ ਦੇ ਵੱਲ ਫਰਸਟ ਕੁਐਸਚਨ ਹੈ ਵਰਲਡ ਆਇਓਡੀਨ ਡੈਫੀਸ਼ੀਐਂਸੀ ਡੇ ਵਰਲਡ ਆਇਓਡੀਨ ਡੈਫੀਸ਼ੀਐਂਸੀ ਡੇ 21 ਅਕਤੂਬਰ ਨੂੰ ਅਬਜ਼ਰਵ ਕੀਤਾ ਗਿਆ ਵਰਲਡ ਆਇਓਡੀਨ ਡੈਫੀਸ਼ੀਐਂਸੀ ਡੇ ਕਦੋਂ ਅਬਜ਼ਰਵ ਕੀਤਾ ਗਿਆ 21 ਅਕਤੂਬਰ ਨੂੰ ਠੀਕ ਹੈ ਜੀ ਇਸ ਤੋਂ ਇਲਾਵਾ ਅਗਰ ਬਾਕੀ ਦਿਨਾਂ ਦੀ ਗੱਲ ਕਰੀਏ ਤਾਂ ਨੈਸ਼ਨਲ ਪੁਲਿਸ ਕਮੇਮੋਰੇਸ਼ਨ ਡੇ ਉਹਨੇ ਡਿਸਕਸ ਕਰਕੇ ਹਟੇ ਸੀ ਆਪਾਂ 21st ਅਕਤੂਬਰ ਨੂੰ ਇਸ ਤੋਂ ਇਲਾਵਾ ਬਾਕੀ ਦਿਨਾਂ ਦੇ ਵਿੱਚ ਆਪਾਂ ਕਾਫੀ ਦਿਨ ਡਿਸਕਸ ਕੀਤੇ ਨੇ ਫੋਰ ਇਗਜ਼ਾਮਪਲ ਅਗਰ ਆਪਾਂ ਗੱਲ ਕਰਦੇ ਹਾਂ World Statistics Day 20th ਅਕਤੂਬਰ ਨੂੰ World Statistics Day 20 20th ਅਕਤੂਬਰ ਨੂੰ ਇਸ ਤੋਂ ਇਲਾਵਾ ਐਨਐਸਜੀ ਐਨਐਸਜੀ ਦਾ ਫਾਊਂਡੇਸ਼ਨ ਡੇ ਵੀ ਅਬਜ਼ਰਵ ਕੀਤਾ ਸੀ ਨੈਸ਼ਨਲ ਸਿਕਿਉਰਿਟੀ ਗਾਰਡ ਫਾਊਂਡੇਸ਼ਨ ਡੇ 16th ਅਕਤੂਬਰ ਨੂੰ 15th ਅਕਤੂਬਰ ਨੂੰ ਅਗਰ ਆਪਾਂ ਗੱਲ ਕਰੀਏ ਇਸੇ 17 ਨੂੰ ਇਰੇਡੀਕੇਸ਼ਨ ਆਫ ਪੋਵਰਟੀ ਇਰੇਡੀਕੇਸ਼ਨ ਆਫ ਪੋਵਰਟੀ ਡੇ ਅਬਜ਼ਰਵ ਕੀਤਾ ਸੀ 16 ਨੂੰ ਹੀ ਐਫ ਏ ਓ ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ ਦਾ ਫਾਊਂਡੇਸ਼ਨ ਡੇ ਅਬਜ਼ਰਵ ਕੀਤਾ 15 ਨੂੰ ਇੰਟਰਨੈਸ਼ਨਲ ਡੇ ਆਫ ਰੂਲਰ ਊਮਨ ਇੰਟਰਨੈਸ਼ਨਲ ਡੇ ਆਫ ਰੂਲਰ ਊਮਨ ਅਬਜ਼ਰਵ ਕੀਤਾ ਗਿਆ 15th ਆਫ ਅਕਤੂਬਰ ਨੂੰ 15th ਅਕਤੂਬਰ ਨੂੰ ਹੀ ਐਪ ਜੇ ਅਬਦੁਲ ਕਲਾਮ ਦੀ ਬਰਥ ਐਨੀਵਰਸਰੀ ਅਬਜ਼ਰਵ ਕੀਤੀ ਗਈ 15th ਅਕਤੂਬਰ ਨੂੰ ਹੀ ਗਲੋਬਲ ਹੈਂਡਵਾਸ਼ ਡੇ ਵੀ ਅਬਜ਼ਰਵ ਕੀਤਾ ਗਿਆ ਗਲੋਬਲ ਹੈਂਡਵਾਸ਼ ਡੇ ਵੀ ਅਬਜ਼ਰਵ ਕੀਤਾ ਗਿਆ ਠੀਕ ਹੈ ਇਹ ਸਾਰੇ ਡੇ ਯਾਦ ਰੱਖਣੇ ਨੇ बार-बार ਰਿਵਾਈਜ਼ ਕਰਦੇ ਰਹੋ एग्जाम ਦੇ ਵਿੱਚ ਪੁੱਛੇ ਜਾਂਦੇ ਨੇ ਫੋਰ ਐਗਜ਼ਾਮਪਲ ਅਗਰ ਪੀ ਪੀਐਸ ਪੀਸੀਐਲ एग्जाम ਦੀ ਗੱਲ ਕਰਦੇ ਆ ਤਾਂ ਉਸ ਦੇ ਵਿੱਚ ਵੀ ਪੁੱਛੇ ਗਏ ਸੀ ਉਸ ਦੇ ਵਿੱਚ ਡਿਫਰੈਂਟ ਡਿਫਰੈਂਟ ਸ਼ਿਫਟ ਦੇ ਵਿੱਚ ਹਰ ਸ਼ਿਫਟ ਦੇ ਵਿੱਚ ਕੋਈ ਨਾ ਕੋਈ ਡੇ ਪੱਕਾ ਪੁੱਛਿਆ ਗਿਆ ਸੀ ਨੈਕਸਟ ਹੈ ਸੈਂਟਰਲ ਗਵਰਨਮੈਂਟ ਸੈਂਟਰਲ ਗਵਰਨਮੈਂਟ ਦੁਆਰਾ ਇਨਕਰੀਜ਼ ਕੀਤੀ ਗਈ ਇਲੈਕਟਰਲ ਸਪੈਂਡਿੰਗ ਲਿਮਿਟ ਕਾਫੀ ਇੰਟਰਸਟਿੰਗ ਔਰ ਇੰਪੋਰਟੈਂਟ ਨਿਊਜ਼ ਹੈ ਧਿਆਨ ਨਾਲ ਡਿਸਕਸ ਕਰਾਂਗੇ ਕਿ ਜਿਹੜੀ ਲੋਕ ਸਭਾ ਔਰ ਸਟੇਟ ਅਸੈਂਬਲੀ ਦੀ ਕੈਂਡੀਡੇਟਸ ਹੁੰਦੇ ਨੇ ਉਹਨਾਂ ਦੇ ਲਈ ਇੱਕ ਅਮਾਉਂਟ ਫਿਕਸ ਕੀਤੀ ਜਾਂਦੀ ਹੈ ਕਿ ਉਹ ਆਪਣੇ ਕੈਂਪੇਨ ਦੇ ਵਿੱਚ ਉਨੀ ਅਮਾਉਂਟ ਹੀ ਖਰਚ ਕਰ ਸਕਦੇ ਨੇ ਹਾਲਾਂਕਿ ਇਸ ਨੂੰ ਫਾਲੋ ਕਰਤੀ ਕੀਤਾ ਜਾਂਦਾ ਹੈ ਪਰ ਅਗਰ ਰੂਲਸ ਦੇ ਹਿਸਾਬ ਨਾਲ ਦੇਖੇ ਤੇ ਪਾਰਟਿਕੂਲਰ ਲਿਮਿਟ ਹੁੰਦੀ ਹੈ ਠੀਕ ਹੈ ਉਹਨ ਉਸ ਲਿਮਿਟ ਨੂੰ ਕਿੰਨੇ ਪਰਸੈਂਟ ਇਨਕਰੀਜ਼ ਕੀਤਾ ਗਿਆ अपना आंसर होएगा फर्स्ट ऑप्शन टेन परसेंट उस लिमिट न इंक्रीज़ किया गया ठीक है बेसिकली की होया कि इलैक्शन कमी ने इलैक्शन कमीशन ने एक कमेटी बनाई इलैक्शन कमी कमीशन ने किडर कमेटी बनाई सी डायरैक्टर जनरल उमेश सन्हा नोट कर लियो इसको या फिर उस कल क्लास के मिल जाएगा तो रिविजन देख डायरैक्टर जनरल उमेश सन्हा प्लस रेवेन्यू ऑफिसर हरीश कुमार ਫਾਰਮਰ ਰੈਵਨਿਊ ਅਫੀਸਰ ਹਰੀਸ਼ ਕੁਮਾਰ ਇਹਨਾਂ ਦੋਨਾਂ ਦੇ ਅੰਦਰ ਇੱਕ ਕਮੇਟੀ ਬਣਾਈ ਗਈ ਸੀ ਠੀਕ ਹੈ ਇਹ ਕਮੇਟੀ ਨੂੰ ਕਿਸ ਲਈ ਬਣਾਇਆ ਗਿਆ ਸੀ ਕਿ ਜਿਹੜੀ ਐਗਜ਼ਿਸਟਿੰਗ ਐਕਸਪੈਂਡੀਚਰ ਲਿਮਿਟ ਹੈ ਉਸ ਨੂੰ ਐਗਜ਼ਾਮਿਨ ਕੀਤਾ ਜਾਵੇ ਕਿ ਉਹ ਪ੍ਰੋਪਰ ਹੈ ਜਾਂ ਕਿਸ ਤਰੀਕੇ ਨਾਲ ਇਸ ਨੂੰ ਬਣਾਇਆ ਗਿਆ ਠੀਕ ਹੈ ਤਾਂ ਹੁਣ ਉਸ ਨੂੰ ਇਨਕਰੀਜ਼ ਕਰਨਾ ਚਾਹੀਦਾ ਹੈ ਜਾਂ ਨਹੀਂ ਕਰਨਾ ਚਾਹੀਦਾ ਇਸ ਦੁਆਰਾ ਡਿਸਾਈਡ ਕੀਤਾ ਗਿਆ ਔਰ ਅਨਾਉਂਸ ਕੀਤਾ ਗਿਆ ਕਿ ਕੋਵਿਡ 19 ਦੇ ਕਾਰਨ ਇਸ ਨੂੰ ਇਨਕਰੀਜ਼ ਕੀਤਾ ਜਾਣਾ ਚਾਹੀਦਾ ਹੈ ਤਾਂ ਇਸ ਨੂੰ 10% ਇਨਕਰੀਜ਼ ਕੀਤਾ ਗਿਆ ठीक है याद रखना है किन्ने परसेंट इंक्रीज किया गया इस टेन परसेंट तक इंक्रीज किया गया लोग सभा की सीट और असैंबली वास्ते भी याद रखना या है इस तुला अगर आप इलैक्शन की गल करते हैं इलैक्शन कमी गल करिए इलैक्शन की गल करिए आर्टिकल दसना है इलैक्शन कमी के लिए कि आर्टिकल है इलैक्शन कमी कि आर्टल है तीन सौ चौबीस याद रखना है ਇਸ ਤੋਂ ਇਲਾਵਾ ਜਿਹੜੀ ਇਲੈਕਸ਼ਨ ਕਮਿਸ਼ਨ ਦਾ ਆਈਡੀਆ ਹੈ VOTING ਹੈ ਜਿਹੜੀ ਇੰਡੀਆ ਦੇ ਵਿੱਚ ਕੀਤੀ ਜਾਂਦੀ ਹੈ ਇਸ ਨੂੰ ਕਿਹੜੀ ਕੰਟਰੀ ਤੋਂ ਲਿੱਤਾ ਗਿਆ ਸੀ ਤਾਂ ਬ੍ਰਿਟੇਨ ਤੋਂ ਲਿੱਤਾ ਗਿਆ ਸੀ ਇਹ ਵੀ ਯਾਦ ਰੱਖਣੇ ਠੀਕ ਹੈ ਜੀ ਨੈਕਸਟ ਚੱਲਦੇ ਹਾਂ ਵਿਚ ਆਰਗੇਨਾਈਜੇਸ਼ਨ ਹੈਜ਼ ਰਿਲੀਜ਼ਡ ਫਿਊਚਰ ਆਫ ਜੌਬਸ ਰਿਪੋਰਟ 2020 ਫਿਊਚਰ ਆਫ ਜੌਬਸ ਰਿਪੋਰਟ ਫਿਊਚਰ ਆਫ ਜੌਬਸ ਰਿਪੋਰਟ 2020 ਇਸ ਇਸ ਰਿਪੋਰਟ ਨੂੰ ਕਿੰਨਾ ਦੁਬਾਰਾ ਜਾਰੀ ਕੀਤਾ ਗਿਆ ਕਿਹੜੀ ਆਰਗੇਨਾਈਜੇਸ਼ਨ ਦੁਆਰਾ ਜਾਰੀ ਕੀਤਾ ਗਿਆ ਫਿਚਰ ਆਫ ਰਿਪੋਰਟ ਨੂੰ ਜਾਰੀ ਕੀਤਾ ਗਿਆ ਵਰਲਡ ਇਕਨੋਮਿਕ ਫੋਰਮ ਦੁਆਰਾ ਵਰਲਡ ਇਕਨੋਮਿਕ ਫੋਰਮ ਕੋਲੋਗਨੀ ਸਵਿਟਜ਼ਰਲੈਂਡ ਦੇ ਵਿੱਚ ਹੈਡਕ quarter ਹੈ 1971 ਦੇ ਵਿੱਚ ਬਣਾਈ ਗਈ ਸੀ ਔਰ ਵਰਲਡ ਇਕਨੋਮਿਕ ਫੋਰਮ ਫਿਚਰ ਆਫ ਜੌਬਸ ਰਿਪੋਰਟ 2020 ਜਾਰੀ ਕਰਦੀ ਹੈ ਕੁਐਸਚਨ ਡਾਇਰੈਕਟ ਪੁੱਛੇ ਜਾ ਰਹੇ ਨੇ ਕਿ ਫਿ ਇੱਕ ਰਿਪੋਰਟ ਹੈ ਜਿਹੜੀ ਇਹ ਕਿੰਨਾ ਦੁਬਾਰਾ ਜਾਰੀ ਕੀਤੀ ਜਾਂਦੀ ਹੈ ਠੀਕ ਹੈ ਅੱਛਾ ਇਸ ਦੇ ਵਿੱਚ ਅਨਾਉਂਸ ਕੀਤਾ ਗਿਆ ਹੈ ਅਗਿ 85 ਮਿਲੀਅਨ ਤੋਂ ਵੀ ਜ਼ਿਆਦਾ ਲੋਕ 85 ਮਿਲੀਅਨ ਤੋਂ ਵੀ ਜ਼ਿਆਦਾ ਲੋਕ ਕੋਵਿਡ-19 ਦੇ ਕਾਰਨ 2025 ਤੱਕ ਆਪਣੀ ਨੌਕਰੀ ਗਵਾ ਲੈਣਗੇ ਠੀਕ ਹੈ ਬੇਸਿਕਲੀ ਜਿਹੜੇ ਪ੍ਰਾਈਵੇਟ ਜੋਬਸ ਵਗੈਰਾ ਨੇ ਤਾਂ 85 ਮਿਲੀਅਨ ਜੋਬਸ ਖਤਮ ਕਰ ਦਿੱਤੇ ਜਾਣਗੇ ਡਿਸਟਰਪਟ ਹੋ ਜਾਣਗੀਆਂ 2025 ਤੱਕ ਇਸ ਰਿਪੋਰਟ ਦੇ ਵਿੱਚ ਅਨਾਉਂਸ ਕੀਤਾ ਗਿਆ ਕੋਲੋਗਨੀ ਸਵਿਟਜ਼ਰਲੈਂਡ ਦੇ ਵਿੱਚ ਹੈੱਡਕੁਆਰਟਰ ਹੈ 1971 ਦੇ ਵਿੱਚ ਬਣਾਇਆ ਗਿਆ ਸੀ ਠੀਕ ਹੈ ਯਾ ਰੱਖ ਲੈ। ਅੱਛਾ, ਵਰਲਡ ਫੂਡ ਪ੍ਰੋਗਰਾਮ ਕਾਫੀ ਬਾਰ ਇਹਨਾਂ ਦਾ ਨਾਮ ਡਿਸਕਸ ਕੀਤਾ ਆਪਾਂ ਨੇ। ਵਰਲਡ ਫੂਡ ਪ੍ਰੋਗਰਾਮ ਐਸੀ ਆਰਗੇਨਾਈਜੇਸ਼ਨ ਜਿਸ ਨੂੰ ਨੋਬਲ ਪੀਸ ਪ੍ਰਾਈਜ਼ ਦਿੱਤਾ ਗਿਆ 2020 ਦੇ ਲਈ। ਨੋਬਲ ਪੀਸ ਪ੍ਰਾਈਜ਼ ਵਰਲਡ ਫੂਡ ਪ੍ਰੋਗਰਾਮ ਨੂੰ ਦਿੱਤਾ ਗਿਆ। ਬਾਕੀ ਨੋਬਲ ਪ੍ਰਾਈਜ਼ਸ ਦੀ ਗੱਲ ਕਰਦੇ ਹਾਂ ਤਾਂ ਲੂਇਸ ਗਲਕ ਲੂਇਸ ਗਲਕ ਦਾ ਨਾਮ ਰੱਖਣਾ ਹੈ ਲਿਟਰੇਚਰ ਦੇ ਲਈ। ਅੱਛਾ, ਮੈਡੀਸਿਨ ਦੀ ਗੱਲ ਕਰਦੇ ਹਾਂ ਤਾਂ ਮੈਡੀਸਿਨ ਦੇ ਵਿੱਚ ਕਿਹੜੇ ਨਾਮ ਆਪਾਂ ਡਿਸਕਸ ਕੀਤੇ ਸੀ? ਮਾਈਕਲ ਚਾਰਲਸ ਹਾਰਵੇ माइकल चार्ल्स हार्वे फिजिक्स की गल करते हैं फिजिक्स के अपने तीन नाम डिस्कस किए फिजिक्स नाम डिस्कस किए रॉबर्ट रेनहार्ड एंड्रिया रॉबर्ट रेनहार्ड एंड्रिया इस अलावा तो मेडिसिन हो गया फिजिक्स हो गया मेडिसिन फिजिक्स और कैमिट्री कैमिट्री की गल करते हैं इमेनुअल फ्रेंकली इ कैमिटरी केिसकस किए से अपने इमेनुअल नाम डिस्कस किया इमेनुअल Uh, मेरे माइंड चो स्क कर रहा है इमैनुअल जेनिफर इमैनुअल जेनिफर कैमस्ट्री के इमैनुअल जेनिफर डिस्कस किया रॉबर्ट पॉल डिस्कस किया अपने इकनोमिक्स के लिए याद रखने यूनैसको यूनैसको हैडकुआर पैरिस फ्रांस के यून यूनाइट नेशन का हैडक्ुआर न्यूयॉर्क के वर्ल्ड बैंक वाशिंगटन डीसी केडकुआ है वन ऐटी नाइन मैंबर कंट्रीज ने और यू एन के बारे याद रखना चौबी अक्टूबर यानी कि कल कल यूनाइट नेशन के सैवनटी फाइव ईयरस पूरे हो जाएंगे कल आप इस न्यूज़ को डिसकस करा है विजया लक्ष्मी विजया लक्ष्मी रामानंद विजया लक्ष्मी रामानंद पासड अवे रीसेंटली शी वॉज द फर्स्ट वूमैन ऑफिसर ऑफ विच फोर्स केड़ी फोर्स के फर्स्ट वूमेन ऑफिसर थे विजया लक्ष्मी रामानंद विजया लक्ष्मी रामानंद बेसिकली इंडियन एयर फोरस इंडियन एयर फोर्स दे ਫਰਸਟ ਮੂਮੈਂਟ ਆਫਿਸਰਸਗੇ ਯਾਦ ਰੱਖਣੇ ਨੇ ਇਹਨਾਂ ਦੀ ਰੀਸੈਂਟਲੀ ਡੈਥ ਹੋ ਗਈ ਹੈ ਇੰਡੀਅਨ ਆਰਮੀ ਦੀ ਗੱਲ ਕਰਦੇ ਆ ਆਰਮੀ ਦੇ ਚੀਫ ਕੌਣ ਨੇ ਇੰਡੀਅਨ ਆਰਮੀ ਦੇ ਚੀਫ ਨੇ ਐਮ ਐਮ ਨਰਵਾਨੇ ਐਮ ਐਮ ਨਰਵਾਨੇ ਕਿੱਥੇ ਜਾਣਗੇ ਇਹ ਕਿਹੜੀ ਕੰਟਰੀ ਦੀ ਵਿਜ਼ਿਟ ਤੇ ਜਾਣਗੇ ਨੇਪਾਲ ਦੀ ਯਾਦ ਰੱਖਣਾ ਇਸ ਤੋਂ ਇਲਾਵਾ ਇੰਡੀਅਨ ਆਰਮੀ ਡੇ 15 ਜਨਵਰੀ ਨੂੰ ਆਬਜ਼ਰਵ ਕੀਤਾ ਜਾਂਦਾ ਹੈ ਨੇਵੀ ਦੇ ਚੀਫ ਨੇ ਐਡਮਿਰਲ ਐਡਮiral ਸੁਨੀਲ ਲਾਂਬਾ ਸੁਨੀਲ ਲਾਂਬਾ ਐਡਮiral ਸੁਨੀਲ ਨਾਵਾ ਨੇਵੀ ਦੇ ਚੀਫ ਸੀਗੇ ਇਹਨਾਂ ਤੋਂ ਬਾਅਦ ਇਹਨਾਂ ਤੋਂ ਬਾਅਦ ਕਰਨਬੀਰ ਸਿੰਘ ਨੂੰ ਕਰਨਬੀਰ ਸਿੰਘ ਨੂੰ ਅਪਾਇੰਟ ਕੀਤਾ ਗਿਆ ਸੀ ਔਰ ਜੇ ਅਗਰ ਆਪਾਂ ਗੱਲ ਕਰਦੇ ਹਾਂ ਇੰਡੀਅਨ ਨੇਵੀ ਦੀ ਇੰਡੀਅਨ ਨੇਵੀ ਦੇ ਅਬਜ਼ਰਵ ਕੀਤਾ ਜਾਂਦਾ ਹੈ 4th ਆਫ ਡਿਸੰਬਰ ਨੂੰ 에ਅਰ ਫੋਰਸ 에ਅਰ ਫੋਰਸ ਦੇ ਵਿੱਚ 8th ਅਕਤੂਬਰ ਨੂੰ 에ਅਰ ਫੋਰਸ ਜੇ ਅਬਜ਼ਰਵ ਕੀਤਾ ਜਾਂਦਾ ਹੈ ਔਰ ਬੀ ਐਸ ਤਨੋਆ ਬੀ ਐਸ ਤਨੋਆ ਇੰਡੀਅਨ 에ਅਰ ਫੋਰਸ ਦੇ ਚੀਫ ਹੁੰਦੇ ਸੀ ਇਹਨਾਂ ਤੋਂ ਬਾਅਦ ਆਰ ਕੇ ਸਿੰਘ ਬਦੋਰੀਆ ਆਰ ਕੇ ਸਿੰਘ भदौरी इंडियन एयरफोर्स के चीफ अपॉइंट किए गए इंडियन गार्ड के हेड ने के नटराजन के नटराजन और इंडियन कोस्टगार्ड डे फस्ट फैबररी ओबजर्व किया जाए सी आर पी एफ सेंट्रल रिजर्वड पुलिस फोर्स सेंट्रल रिजर्वड पुलिस फोर्स सीआर पी एफ डे किस दिन ओबजर्व किया ट्वेंटी सैवंथ जुलाई में ट्वेंटी सैवंथ जुलाई में सी आर पी एफ हैड है ने ए पी माहेश्वरी ए पी माहेवरी याद रखने ਰੀਸੈਂਟਲੀ ਜਿਸ ਤਰੀਕੇ ਨਾਲ ਆਪਾਂ ਐਨਐਸਜੀ ਡੇ ਡਿਸਕਸ ਕੀਤਾ ਸੀ ਨੈਸ਼ਨਲ ਸਿਕਿਉਰਿਟੀ ਗਾਰਡ 16 ਅਕਤੂਬਰ ਨੂੰ ਹੁਣੇ ਆਪਾਂ ਡਿਸਕਸ ਕੀਤਾ ਹੈ ਦੁਬਾਰਾ 16 ਅਕਤੂਬਰ ਨੂੰ ਐਨਐਸਜੀ ਦਾ ਫਾਊਂਡੇਸ਼ਨ ਡੇ ਅਬਜ਼ਰਵ ਕੀਤਾ ਗਿਆ ਸੀ ਨੈਕਸਟ ਹੈ ਵਿਚ 에어ਪੋਰਟ ਆਫ ਇੰਡੀਆ ਕਿਹੜਾ 에어ਪੋਰਟ ਸੈਕੰਡ ਪੋਜੀਸ਼ਨ ਤੇ ਰਿਹਾ ਹੈ ਸੇਫ ਟ੍ਰੈਵਲ ਬੈਰੋਮੀਟਰ ਲਿਸਟ ਦੇ ਵਿੱਚ ਸੇਫ ਟ੍ਰੈਵਲ ਬੈਰੋਮੀਟਰ ਲਿਸਟ ਗਲੋਬਲੀ ਔਨ ਕੋਵਿਡ 19 ਰਿਲੇਟਡ ਸੇਫਟੀ ਪ੍ਰੋਟੋਕੋਲਸ ਕੋਵਿਡ-19 ਦੇ ਰਿਲੇਟਡ ਸੇਫਟੀ ਪ੍ਰੋਟੋਕੋਲਸ ਦੇ ਅਨੁਸਾਰ ਸੇਫ ਟ੍ਰੈਵਲ ਬੈਰੋਮੀਟਰ ਲਿਸਟ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਜਿਹੜਾ ਇੰਡੀਅਨ 에ਰਪੋਰਟ ਹੈ ਉਹ ਸੈਕੰਡ ਨੰਬਰ ਤੇ ਰਿਹਾ ਕਿਹੜਾ 에ਰਪੋਰਟ ਫੋਰਥ ਆਪਸ਼ਨ ਇੰਦਰਾ ਗਾਂਧੀ ਇੰਟਰਨੈਸ਼ਨਲ 에ਰਪੋਰਟ ਇੰਦਰਾ ਗਾਂਧੀ ਇੰਟਰਨੈਸ਼ਨਲ 에ਰਪੋਰਟ ਨਿਊ ਦਿੱਲੀ ਦੇ ਵਿੱਚ ਹੈ ਔਰ ਇਹ ਇਸ ਇੰਡੈਕਸ ਦੇ ਵਿੱਚ ਸੈਕੰਡ ਨੰਬਰ ਤੇ ਰਿਹਾ ਫਰਸਟ 에ਰਪੋਰਟ ਕਿਹੜਾ ਰਿਹਾ ਫਰਸਟ ਰਿਹਾ ਚਾਂਗੀ 에ਰਪੋਰਟ ਪਹਿਲੇ ਵੀ ਆਪਾਂ ਡਿਸਕਸ ਕੀਤਾ ਹੋਇਆ ਹੈ ਚਾਂਗੀ 에어ਪੋਰਟ ਕਿੱਥੇ ਹੈ ਸਿੰਗਾਪੁਰ ਦੇ ਵਿੱਚ ਹੈ ਸਿੰਗਾਪੁਰ ਦਾ ਚਾਂਗੀ 에어ਪੋਰਟ ਫਸਟ ਨੰਬਰ ਤੇ ਰਿਹਾ ਹੈ ਔਰ ਸੈਕਿੰਡ ਨੰਬਰ ਤੇ ਰਿਹਾ ਹੈ ਇੰਦਰਾ ਗਾਂਧੀ ਇੰਟਰਨੈਸ਼ਨਲ 에어ਪੋਰਟ ਇਹ ਯਾਦ ਰੱਖਣੇ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਅਗਰ ਆਪਾਂ ਕੋਈ ਹੋਰ ਚੀਜ਼ ਡਿਸਕਸ ਕਰਨੀ ਹੋਵੇ ਤਾਂ ਹੋਰ ਕੀ ਚੀਜ਼ ਡਿਸਕਸ ਕਰ ਸਕਦੇ ਹਾਂ ਬਾਕੀ 에어ਪੋਰਟ ਦੇ ਰਿਲੇਟਡ ਡਿਸਕਸ ਕਰ ਲੈਨੇ ਆ ਕੈਂਪੇਗੋੜਾ 에어ਪੋਰਟ ਕਰਨਾਟਕਾ ਦੇ ਬੰਗਲੂਰੂ ਦੇ ਵਿੱਚ ਹੈ ਰਾਜੀਵ ਗਾਂਧੀ ਇੰਟਰਨੈਸ਼ਨਲ 에어ਪੋਰਟ ਹਾਈਦਰਾਬਾਦ ਦੇ ਵਿੱਚ ਹੈ ਰਾਜੀਵ ਗਾਂਧੀ ਇੰਟਰਨੈਸ਼ਨਲ 에ਰਪੋਰਟ ਹైదరాబాద్ ਖੁਸ਼ੀਨਗਰ 에ਰਪੋਰਟ ਯੂਪੀ ਦੇ ਵਿੱਚ ਹੈ ਰੀਸੈਂਟਲੀ ਯੂਪੀ ਪੀਐਸਸੀ ਦੇ ਐਗਜ਼ਾਮ ਦੇ ਵਿੱਚ ਵੀ ਕੁਐਸਚਨ ਪੁੱਛਿਆ ਗਿਆ ਸੀ ਕਿ ਕਿਹੜੇ 에ਰਪੋਰਟ ਨੂੰ ਰੀਸੈਂਟਲੀ ਇੰਟਰਨੈਸ਼ਨਲ 에ਰਪੋਰਟ ਦਾ ਦਰਜਾ ਦਿੱਤਾ ਗਿਆ ਸੀ ਤਾਂ ਕਿਹੜਾ 에ਰਪੋਰਟ ਹੈ ਖੁਸ਼ੀਨਗਰ 에ਰਪੋਰਟ ਹੈ ਯੂਪੀ ਦਾ ਪੌਂਡੀਚਰੀ 에ਰਪੋਰਟ ਐਵੀ ਰੀਸੈਂਟਲੀ ਨਿਊਜ਼ ਦੇ ਵਿੱਚ ਰਿਹਾ ਸੀ ਕਿ ਕਿ 100% ਸੋਲਰ ਐਨਰਜੀ ਦੇ ਉੱਤੇ ਕੰਮ ਕਰਨ ਵਾਲਾ 에ਰਪੋਰਟ ਬਣਿਆ ਸੀ ਪੌਂਡੀਚਰੀ 에ਰਪੋਰਟ ਠੀਕ ਹੈ ਜੀ ਯਾਦ ਰੱਖਣਾ अच्छा इस तो अलावा कमेंट बॉक्स ਦੇ ਵਿੱਚ ਮੈਨੂੰ ਅਨਸਰ ਦੇਣਾ ਹੈ ਕਿ ਰੀਸੈਂਟਲੀ ਇੱਕ 에어ਪੋਰਟ ਸੀਗਾ ਯੂਪੀ ਦਾ ਯੂਪੀ ਦੇ ਵਿੱਚ ਇੱਕ 에어ਪੋਰਟ ਬਣਾਇਆ ਜਾ ਰਿਹਾ ਹੈ ਜਿਸ ਨੂੰ ਜਿਸ ਦੀ ਵਰਕਿੰਗ ਕੋਈ ਹੋਰ ਕੰਟਰੀ ਦਾ 에어ਪੋਰਟ ਸੰਭਾਲੇਗਾ ਠੀਕ ਹੈ ਯੂਪੀ ਦੇ ਇਸ 에어ਪੋਰਟ ਦਾ ਨਾਮ ਉਹ ਜਿਸ ਕੰਟਰੀ ਦਾ 에어ਪੋਰਟ ਉਸ 에어ਪੋਰਟ ਦੀ ਵਰਕਿੰਗ ਸੰਭਾਲੇਗਾ ਦੋਨਾਂ ਦਾ ਨਾਮ ਕਮੈਂਟ ਬਾਕਸ ਦੇ ਵਿੱਚ ਦੱਸਣਾ ਹੈ ਠੀਕ ਹੈ ਇੱਕ ਕੁਐਸਚਨ ਦੂਸਰਾ ਕੁਐਸਚਨ ਅਰੁਣਾਚਲ ਪ੍ਰਦੇਸ਼ ਦੇ ਵਿੱਚ ਇੱਕ 에어ਪੋਰਟ ਬਣਾਇਆ ਜਾ ਰਿਹਾ ਉਸ 에어ਪੋਰਟ ਦਾ ਵੀ ਨਾਮ ਦੱਸਣਾ ਹੈ ਠੀਕ ਹੈ ਦੋ ਦੋਨੋ ਨਿਊਜ਼ ਆਪਾਂ ਡਿਸਕਸ ਕੀਤੀਆਂ ਹੋਈਆਂ ਨੇ ਦੋਨੋਂ ਦੇ ਆਨਸਰ ਦੇਣੇ ਨੇ ਕਮੈਂਟ ਬਾਕਸ ਦੇ ਵਿੱਚ ਨੈਕਸਟ ਵਿਚ ਆਈਆਈਟੀ ਹੈਜ਼ ਡਿਵੈਲਪਡ ਕੋਵੀ ਰੈਪ ਕੋਵੀ ਰੈਪ ਡਾਇਗਨੋਸਟਿਕ ਟੈਕਨੋਲੋਜੀ ਬਣਾਈ ਗਈ ਹੈ ਕੋਵੀ ਰੈਪ ਕਿਹੜੀ ਆਈਆਈਟੀ ਨੇ ਬਣਾਈ ਹੈ ਜਿਸ ਨੂੰ ਆਈਸੀਐਮਆਰ ਦੁਆਰਾ ਵੈਲੀਡੇਸ਼ਨ ਦਿੱਤੀ ਗਈ ਹੈ ਕੋਵਿਡ 19 ਡਿਟੈਕਸ਼ਨ ਕਰਨ ਦੇ ਲਈ ਆਈਸੀਐਮਆਰ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਦੁਆਰਾ ਉਸ ਨੂੰ ਅਪਰੂਵਲ ਦਿੱਤੀ ਗਈ ਹੈ ਕਿ ਇਹ ਜਿਹੜੀ ਜਿਹੜੀ ਚੀਜ਼ ਬਣਾਈ ਗਈ ਹੈ ਪ੍ਰੋਪਰ ਤਰੀਕੇ ਨਾਲ ਵਰਕ ਕਰ ਰਹੀ ਹੈ ਕੋਵੀ ਰੈਪ ਕੋਵੀ ਰੈਪ ਨੂੰ ਬਣਾਇਆ ਗਿਆ IIT ਖੜਕਪੁਰ ਦੁਆਰਾ ਕਿਨਾਂ ਦੁਆਰਾ ਬਣਾਇਆ ਗਿਆ ਹੈ ਕੋਵੀ ਰੈਪ ਨੂੰ IIT ਖੜਕਪੁਰ ਦੁਆਰਾ ਬਣਾਇਆ ਗਿਆ ਹੈ ਠੀਕ ਹੈ ਯਾਦ ਰੱਖਣਾ ਅੱਛਾ ਬਾਕੀ অপਸ਼ਨਸ ਦੇ ਵਿੱਚ ਅਗਰ ਆਪਾਂ ਡਿਸਕਸ ਕਰੀਏ ਤਾਂ IIT ਬੰਬੇ ਅਈਸ ਸਿੰਕ ਅਈਸ ਸਿੰਕ ਆਪਾਂ ਡਿਸਕਸ ਕੀਤਾ ਸੀ ਅਈਸ ਸਿੰਕ ਡਿਸਟੈਂਸ ਟੈਥੋਸਕੋਪ ਬਣਾਇਆ ਗਿਆ ਸੀ IIT ਬੰਬੇ ਦੁਆਰਾ आई आई टी दिल्ली की अगर आप गल करते हैं तो दिल्ली ने वॉश करो एप्लीकेशन डिस्कस की अपना कल भी डिस्कस की इस तो अलावा कोरोसोर कोरोसोर बनाया गया आई आई टी दिल्ली द्वारा आई आई टी गुवाहाटी द्वारा फ्लाईजी एप्लीकेशन फ्लाईजी एप्लीकेशन बनाई गई स आई आई टी गुवाहाटी द्वारा द्वारा वार्ड बोट वार रोबोट बनाया गया वार्ड बोट रोबोट आई आई टी रोपड़ द्वारा बनाया गया ठीक है जी होर भी काफ़ी न्यूज़ सगर आई आई टी रिटिड अपना काफ़ी डिसकस कितिया ने कानपुर के रिलटड न्यूज डिस्कस की अपा ने आई आई टी मद्रासस के रिलेट न्यूज़ डिसकस ने अगर तुम चाहो तो कमेंट बॉक्स आंसर दे सौ कि आई आई टी कानपुर केड़ी और आई आई टी मद्रास चीज़ा कोविड नाइनटीन के टाइम बनाई गई ने और रिलज़ की गई नैक्सट हू हैज बीन नेम्ड एज मोस्ट डिजरविंग एंड इम्प्रैसिव न्यू ड्राइवर ਇਨ ਦਾ ਐਫ ਆਈ ਏ ਗਰਲਸ ਔਨ ਟਰੈਕ ਦਾ ਰਾਈਜ਼ਿੰਗ ਸਟਾਰ ਪ੍ਰੋਗਰਾਮ ਜਿਸ ਤਰੀਕੇ ਨਾਲ ਫਾਰਮੂਲਾ 1 ਕਾਰ ਰੇਸਿੰਗ ਕੀਤੀ ਜਾਂਦੀ ਹੈ ਸਿਮਿਲਰ ਤਰੀਕੇ ਨਾਲ ਇਸ ਇਨੀਸ਼ੀਏਟ ਇਹ ਇੱਕ ਇਨੀਸ਼ੀਏਟਿਵ ਹੈ ਕਿ ਜਿਸ ਦੇ ਵਿੱਚ ਇੰਡੀਅਨ ਗਰਲਸ ਨੂੰ ਕੀ ਕੀਤਾ ਜਾਂਦਾ ਹੈ ਕਿ ਮੋਸਟ ਡਿਜ਼ਰਵਿੰਗ ਐਂਡ ਇੰਪ੍ਰੈਸਿਵ ਨਿਊ ਡਰਾਈਵਰ ਇੱਕ ਲਿਸਟ ਜਾਰੀ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਕਿਹੜੀ ਇੰਡੀਅਨ ਗਰਲ ਨੇ ਟੌਪ ਕੀਤਾ ਹੈ ਆਇਸ਼ੀ ਹੰਸਪਾਲ ਆਇਸ਼ੀ ਹੰਸਪਾਲ ਦੁਆਰਾ ਇਸ ਲਿਸਟ ਨੂੰ ਟੌਪ ਕੀਤਾ ਗਿਆ ਅਗਰ ਆਪਾਂ ਗੱਲ ਕਰੀਏ ਐਫ ਆਈ ਏ एफ़ आई ए का मतलब की है एफ आई ए है एक ऑर्गेनाइजेशन फैडरेशन ऑफ इंटरनेशनल ऑटोमोबाइल्स फैडरेशन ऑफ इंटरनेशनल ऑटोमोबाइल्स जिसद हैडक्ुआटर पैरिस फ्रांस के दे जिस हैडकुआर पैरिस फ्रांस के इन द्वारा आयशी हंसपाल नोस्ट डिजरविंग एंड इम्प्रैसिव न्यू ड्राइवर चुने गया मोस्ट डिजरविंग एंड इम्प्रैसिव न्यू ड्राइवर ਚੂਜ਼ ਕੀਤਾ ਗਿਆ ਠੀਕ ਹੈ ਜੀ ਯਾਦ ਰੱਖ ਲੈ ਅੱਛਾ ਬਾਕੀ অপਸ਼ਨਸ ਦੀ ਗੱਲ ਕਰੀਏ ਇਹਨਾਂ ਨੂੰ ਵੀ ਰੀਸੈਂਟਲੀ ਕੋਈ ਨਾ ਕੋਈ ਅਵਾਰਡ ਦਿੱਤਾ ਗਿਆ ਸੀ ਫੋਰ ਏਗਜ਼ਾਮਪਲ ਅਦੀਲ ਹੁਸੈਨ ਅਦੀਲ ਹੁਸੈਨ ਨੂੰ ਬੈਸਟ ਐਕਟਰ ਅਵਾਰਡ ਦਿੱਤਾ ਗਿਆ ਸੀ ਬੈਸਟ ਐਕਟਰ ਅਵਾਰਡ ਪ੍ਰੀਖਿਆ ਮੂਵੀ ਦੇ ਲਈ ਪ੍ਰੀਖਿਆ ਮੂਵੀ ਦੇ ਲਈ ਬੈਸਟ ਐਕਟਰ ਅਵਾਰਡ ਇੰਡੀਆ ਜਰਮਨੀ ਫੈਸਟੀਵਲ ਦੇ ਵਿੱਚ ਇੰਡੀਆ ਜਰਮਨੀ ਫਿਲਮ ਫੈਸਟੀਵਲ ਦੇ ਵਿੱਚ ਇਹ ਅਵਾਰਡ ਦਿੱਤਾ ਗਿਆ ਸੀ रतन टाटा रतन टाटा न लाइफ टाइम अचीवमेंट अवार्ड दिता गया यूएस इंडिया यूएस एस चैम्बर ऑफ कॉमर्स द्वारा इंडिया यूएस एस चैम्बर ऑफ कॉमर्स द्वारा रतन टाटा न लाइफ टाइम अचीवमेंट अवार्ड दिता गया सारा हाल सारा हाल पहले ऐसे उत्थर बने ने जिन्हों बी बी सी शॉर्ट स्टोरी प्राइज़ दो बार दिता गया बी बी सी शोर्ट स्टोरी प्राइज़ दो बार जितने वाले पहले उत्थर कि बने ने सारा हॉल नित्यानंद नायक ओडिशा तो बिलोंग करते हैं ओड़िया राइटर ने और इन्हों सरल पुरस्कार दिता गया रीसेंटली सरल पुरस्कार दिता नित्यानंद नायक ने ठीक है जी नैक्सट चलते हैं हू हैज़ वर्चुअली अटेंडेड द वर्ल्ड बैंक आई एम एफ एनुअल मीटिंग अंडर थी थीम अनलिशिंग द साउथ एशियन सेंचुरी and investing in covid-19 vaccines in primary health care dairy system and primary health care delivering system ਕਿੰਨਾ ਨੇ ਅਟੈਂਡ ਕੀਤੀ ਹੈ ਇਸ ਮੀਟਿੰਗ ਨੂੰ ਇਸ ਮੀਟਿੰਗ ਨੂੰ ਹੈ ਅਟੈਂਡ ਕੀਤਾ ਗਿਆ ਡਾਕਟਰ ਹਰਸ਼ਵਰਧਨ ਦੁਆਰਾ ਠੀਕ ਹੈ ਅ ਥੀਮ ਜਿਆਦਾ ਇੰਪੋਰਟੈਂਟ ਨਹੀਂ ਰਹੇਗੀ ਆਪਣੇ ਲਈ ਆਪਾਂ ਡਾਇਰੈਕਟ ਯਾਦ ਰੱਖਾਂਗੇ ਕਿ ਵਰਲਡ ਬੈਂਕ ਔਰ ਆਈਐਮਐਫ ਦੀ ਐਨੂਅਲ ਮੀਟਿੰਗ ਆਰਗੇਨਾਈਜ਼ ਕੀਤੀ ਗਈ ਇੰਡੀਆ ਵੱਲੋਂ ਡਾਕਟਰ ਹਰਸ਼ਵਰਧਨ ਦੁਆਰਾ ਪਾਰਟਿਸਿਪੇਟ ਕੀਤਾ ਗਿਆ ਠੀਕ ਹੈ ਜੀ ਇਸ ਟੋਇਲਾਵਾ ਐਜ਼ ਅ ਹੈਲਥ ਮਿਨਿਸਟਰ ਇਹਨਾਂ ਦੁਆਰਾ ਪਾਰਟਿਸਿਪੇਟ ਕੀਤਾ ਗਿਆ ਸੀ ਆਰਥੈਂ ਸਾਇੰਸ ਮਿਨਿਸਟਰੀ ਵੀ ਇਹਨਾਂ ਲੋਵੇ ਔਰ ਸਾਇੰਸ ਐਂਡ ਟੈਕਨੋਲੋਜੀ ਮਿਨਿਸਟਰੀ ਵੀ ਹੈ ਨਿਊ ਦਿੱਲੀ ਤੋਂ ਨਿਊ ਦਿੱਲੀ ਚਾਂਦਨੀ ਚੌਂਕ ਚਾਂਦਨੀ ਚੌਂਕ ਨਿਊ ਦਿੱਲੀ ਤੋਂ ਲੋਕ ਸਭਾ ਸਭਾ ਐਮਪੀ ਨੇ ਡਾਕਟਰ ਹਸ਼ਵਰਧਨ ਅਗਰ ਆਪਾਂ ਗੱਲ ਕਰਦੇ ਹਾਂ ਬਾਕੀ ਆਪਸ਼ਨਸ ਦੇ ਵਿੱਚ ਨਿਤਿਨ ਗੜਕਰੀ ਨਿਤਿਨ ਨਿਤਿਨ ਗੜਕਰੀ ਐਮਐਸ ਐਮੀ ਮਿਨਿਸਟਰ ਨੇ ਪਲੱਸ ਰੋਡ ਟਰਾਂਸਪੋਰਟ ਮਿਨਿਸਟਰ ਨੇ ਰੋਡ ट्रांसपोर्ट मिनिस्टर ने हमने आप डिस्कस करके हटे से इन द्वारा असम केरगेनाइज किया गया से लॉजिस्टिक पार्क और एम एस एम एज ए एम एस एम ई मिनिस्टर इन्ह ने कुछ लॉन्च किया वो आप हमें डिस्कस करते हैं मनसुख मंडाविया मनसुख मंडाविया शिपिंग मिनिस्टर ने शिपिंग मिनिस्टर ने मनसुख लाल मंडाविया राज्यसभा एम पी ने गुजरात तो राजनाथ सिंह डिफेंस मिनिस्टर ने और अमित शाह होम मिनिस्टर ने ਡਿਫੈਂਸ ਮਿਨਿਸਟਰ ਲਖਨਊ ਉੱਤਰ ਪ੍ਰਦੇਸ਼ ਤੋਂ ਔਰ ਹੋਮ ਮਿਨਿਸਟਰ ਗਾਂਧੀਨਗਰ ਗੁਜਰਾਤ ਤੋਂ న్యూਸ ਦੀ ਗੱਲ ਕਰੀਏ ਤਾਂ ਐਮਐਸ ਐਮੀ ਮਿਨਿਸਟਰ ਨਿਤਿਨ ਗੜਕਰੀ ਦੁਆਰਾ ਇੰਡੀਆ ਦਾ ਪਹਿਲਾ ਹਾਈ ਕੁਆਲਿਟੀ ਖਾਦੀ ਫੈਬਰਿਕ ਫੁੱਟਵੈਅਰ ਲਾਂਚ ਕੀਤਾ ਗਿਆ ਖਾਦੀ ਦੇ ਬਣੇ ਹੋਏ ਫੁੱਟਵੈਅਰ ਲਾਂਚ ਕੀਤੇ ਗਏ ਨੇ ਨਿਤਿਨ ਗੜਕਰੀ ਦੁਆਰਾ ਠੀਕ ਹੈ ਜਿਸ ਨੂੰ ਬਣਾਇਆ ਗਿਆ ਕੇਵੀਆਈਸੀ ਦੁਆਰਾ ਖਾਦੀ ਐਂਡ ਵਿਲੇਜ ਇੰਡਸਟਰੀਜ਼ ਕਮਿਸ਼ਨ के वी आई सी खादी एंड विलेज इंडस्ट्रीज़ कमीशन है जरा इन द्वारा बनाया हाई क्वालिटी खादी फैब्रिक फुटवेयर और लॉन्च किया नितिन गडकरी ने ठीक है जिस दे एक ई पोर्टल भी लॉन्च किया गया डबल्यू 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 डॉट खादी इंडिया डॉट जी ओ वी डॉट इन ताकि इन्ही से सेलिंग और परचेजिंग की जा सके ठीक है ट्रेड करने के लिए इस लॉन्च किया गया नैक्सट डॉक्टर हर्षवर्धन है हैल्थ मिनिस्टर डॉक्टर हर्षवर्धन द्वारा क्यॉर्ड वेबसाइट लॉन्च ਕੀਤੀ ਗਈ ਹੈ ਕਿ ویب سائٹ ਲਾਂਚ ਕੀਤੀ ਗਈ ਕਿਓਰਡ ਜਿਸ ਦੀ ਫੁੱਲ ਫਾਰਮ ਹੈ ਸੀਐਸਆਰ ਅਨਰੈਸਟ ਰੀਪਰਪਸਡ ਡਰਗਸ ਬੇਸਿਕਲੀ ਡਿਫਰੈਂਟ ਡਿਫਰੈਂਟ ਮੈਡੀਸਿਨਸ ਡਰਗਸ ਦਾ ਮਤਲਬ ਹੈ ਇਥੇ ਮੈਡੀਸਿਨ ਹੈ ਕਿ ਮੈਡੀਸਿਨਸ ਦੀ ਡਾਇਗਨੋਸਟਿਕ ਔਰ ਕਿਸ ਤਰੀਕੇ ਨਾਲ ਉਹਨਾਂ ਨੂੰ ਯੂਜ਼ ਕੀਤਾ ਜਾਣਾ ਹੈ ਇਸ ਚੀਜ਼ ਦੇ ਲਈ ਇਨਫੋਰਮੇਸ਼ਨ ਪ੍ਰੋਵਾਈਡ ਕਰਵਾਉਣ ਦੇ ਲਈ ਕਿਓਰਡ ਵੈਬਸਾਈਟ ਵੈਬਸਾਈਟ ਨੂੰ ਲਾਂਚ ਕੀਤਾ ਗਿਆ ਕਿਸ ਦੇ ਅੰਡਰ ਇਸ ਨੂੰ ਸੀਐਸਆਰ ਦੇ ਅੰਡਰ ਕਾਉਂਸਲ ਆਫ ਸਾਇੰਟਿਫਿਕ ਐਂਡ ਇੰਡਸਟਰੀਅਲ ਰਿਸਰਚ ਕਾਉਂਸਲ ਆਫ ਸਾਇੰਟਿਫਿਕ ਐਂਡ ਇੰਡਸਟਰੀਅਲ ਰਿਸਰਚ ਫੁੱਲ ਫਾਰਮ ਯਾ ਲਿਖਣੀ ਹੈ ਔਰ ਸੀਐਸਆਈਆਰ ਦੇ ਹੈਡ ਕੋਨ ਹੁੰਦੇ ਨੇ ਪ੍ਰਾਈਮ ਮਿਨਿਸਟਰ ਹੁੰਦੇ ਨੇ ਜਿਸ ਤਰੀਕੇ ਨਾਲ ਨੀਤੀ ਆਯੋਗ ਦੇ ਹੈਡ ਪ੍ਰਾਈਮ ਮਿਨਿਸਟਰ ਹੁੰਦੇ ਨੇ ਉਸੇ ਤਰੀਕੇ ਨਾਲ ਸੀਐਸਆਈਆਰ ਦੇ ਹੈਡ ਵੀ ਪ੍ਰਾਈਮ ਮਿਨਿਸਟਰ ਹੁੰਦੇ ਨੇ ਨਿਊ ਦਿੱਲੀ ਦੇ ਵਿੱਚ ਇਦਾ ਹੈਡਕੁਆਟਰ ਹੈ ਨੈਕਸਟ ਯ ਰਾਜਨਾ ਸਿੰਘ ਰਾਜਨਾ ਸਿੰਘ ਡਿਫੈਂਸ ਮਿਨਿਸਟਰ ਨੇ ਇਹਨਾਂ ਨੇ ਲਖਨਊ ਯੂਪੀ ਦੇ ਵਿੱਚ ਸੁਪਰ ਸਪੈਸ਼ਲ ਸਪੈਸ਼ialਟੀ ਕੈਂਸਰ ਹਸਪੀਟਲ ਇਨੋਗਰੇਟ ਕੀਤਾ ਸੁਪਰ ਸਪੈਸ਼ialਟੀ ਕੈਂਸਰ ਹਸਪੀਟਲ ਕਿੱਥੇ ਬਣਾਇਆ ਗਿਆ ਲਖਨਊ ਦੇ ਵਿੱਚ ਔਰ ਇਸ ਨੂੰ ਇਨੋਗਰੇਟ ਕੀਤਾ ਗਿਆ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਦਵਰ ਨੈਕਸਟ ਹੈ ਨਾਟੋ ਨਾਟੋ ਦੀ ਗੱਲ ਕਰਦੇ ਆ ਨਾਰਥ ਅਟਲੈਂਟਿਕ ਟ੍ਰੀਟੀ ਆਰਗੇਨਾਈਜੇਸ਼ਨ ਕਾਫੀ ਇੰਪੋਰਟੈਂਟ ਆਰਗੇਨਾਈਜੇਸ਼ਨ ਹੈ ਨਾਰਥ ਅਟਲੈਂਟਿਕ ਟ੍ਰੀਟੀ ਆਰਗੇਨਾਈਜੇਸ਼ਨ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ ਇਸ ਦੇ ਬਾਰੇ ਸਭ ਤੋਂ ਪਹਿਲੇ ਇਹਨਾਂ ਨੇ ਕੀ ਕੀਤਾ ਇੱਕ ਸਪੇਸ ਸੈਂਟਰ ਡਿਸਾਈਡ ਕੀਤਾ ਹੈ ਕਿ ਇੱਕ ਸਪੇਸ ਸੈਂਟਰ ਬਣਾਇਆ ਜਾਏਗਾ ਕਿਹੜੀ ਕੰਟਰੀ ਦੇ ਵਿੱਚ ਇਹਨਾਂ ਨੇ ਡਿਸਾਈਡ ਕੀਤਾ ਹੈ ਸਪੇਸ ਸੈਂਟਰ ਬਣਾਇਆ ਜਾਏਗਾ ਜਰਮਨੀ ਦੇ ਵਿੱਚ ਬੇਸਿਕਲੀ ਜਰਮਨੀ ਦੇ ਰੈਮਸਟीन ਦੇ ਵਿੱਚ ਜਰਮਨੀ ਦੇ ਵਿੱਚ ਰੈਮਸਟीन ਸਿਟੀ ਹੈ ਇੱਥੇ ਇਸ ਨੂੰ ਬਣਾਇਆ ਜਾਏਗਾ ਨਾਟੋ ਦੁਆਰਾ ਠੀਕ ਹੈ ਹੁਣ ਜਿਹੜੀ ਨਾਟੋ ਹੈ ਨਾਟੋ ਹੈ ਜਿਹੜੀ 1949 ਦੇ ਵਿੱਚ ਬਣਾਈ ਗਈ ਸੀ 1949 ਦੇ ਵਿੱਚ ਬਣਾਈ ਗਈ ਸੀ ਜਿਸ ਦੇ ਜਿਸ ਨੂੰ ਨਾਟੋ ਤੋਂ ਇਲਾਵਾ ਇਸ ਨੂੰ ਦੂਸਰੇ ਤਰੀਕੇ ਨਾਲ ਵਾਸ਼ਿੰਗਟਨ ਟ੍ਰੀਟੀ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ ਵਾਸ਼ਿੰਗਟਨ ਟ੍ਰੀਟੀ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ ਨਾਰਥ ਐਟਲੈਂਟਿਕ ਨਾਰਥ ਐਟਲੈਂਟਿਕ ਟ੍ਰੀਟੀ ਆਰਗੇਨਾਈਜੇਸ਼ਨ ਦੂਸਰੀ ਗੱਲ ਇਹਨਾਂ ਦੁਆਰਾ ਇਹ ਪਹਿਲਾ ਸਪੇਸ ਸੈਂਟਰ ਨਹੀਂ ਹੈ ਇਹਨਾਂ ਦਾ ਦੂਸਰਾ ਸਪੇਸ ਸੈਂਟਰ ਹੈ ਜਿਹੜਾ ਪਹਿਲਾ ਹੈ ਨਾਟੋ ਦਾ ਜਿੱਥੇ ਹੈੱਡਕੁਆਰਟਰ ਬਰੂਜਲਸ ਬੈਲਜੀਅਮ ਦੇ ਵਿੱਚ ਨਾਟੋ ਦਾ ਹੈੱਡਕੁਆਰਟਰ ਬਰੂਜਲਸ ਬੈਲਜੀਅਮ ਦੇ ਵਿੱਚ ਹੈ ਪਹਿਲਾ ਸਪੇਸ ਸੈਂਟਰ ਬਰੂਜਲਸ ਦੇ ਵਿੱਚ ਹੀ ਬਣਾਇਆ ਗਿਆ ਸੀ ਜਿਸ ਨੂੰ ਕੈਂਸਟਰ ਸੈਟੇਲਾਈਟ ਗਰਾਊਂਡ ਸਟੇਸ਼ਨ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਕੈਂਸਟਰ ਸੈਟੇਲਾਈਟ ਗਰਾਊਂਡ ਸਟੇਸ਼ਨ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਠੀਕ ਹੈ ਬਰੂਜਲਸ ਕੈਪੀਟਲ ਬੈਲਜੀਅਮ ਹੈ ਕਰੰਸੀ ਯੂਰੋ ਚੱਲਦੀ ਹੈ ਇਹ ਯਾਦ ਰੱਖਣਾ ਹੈ ਇਸ ਤੋਂ ਇਲਾਵਾ ਨਾਟੋ ਦੇ ਵਿੱਚ 30 ਮੈਂਬਰ ਕੰਟਰੀਜ਼ ਨੇ ਨਾਟੋ ਦੇ ਵਿੱਚ ਕਿੰਨੀਆਂ ਮੈਂਬਰ ਕੰਟਰੀਜ਼ ਨੇ ਕੁਸ਼ਣ ਪੁੱਛਿਆ ਜਾਂਦਾ ਹੈ 30 ਮੈਂਬਰ ਕੰਟਰੀਜ਼ ਨੇ ਜਿਹੜੀ ਲਾਸਟ ਕੰਟਰੀ ਹੈ ਰੀਸੈਂਟਲੀ ਆਪਾਂ ਡਿਸਕਸ ਕੀਤੀ ਸੀ ਕਿ ਲਾਸਟ ਕੰਟਰੀਜ਼ ਦੇ ਵਿੱਚ ਐਡ ਕੀਤੀ ਗਈ ਸੀ ਨਾਰਥ ਮਰਸੇਡੋਨੀਆ ਨਾਰਥ ਮਰਸੇਡੋਨੀਆ 30th ਮੈਂਬਰ ਬਣਿਆ ਸੀ ਨਾਟੋ ਦਾ ਠੀਕ ਹੈ ਜੀ ਯਾਦ ਰੱਖਣਾ ਰਸ਼ੀਆ रशिया कैपिटल मॉस्को है यूएसए कैपिटल वॉशिंगटन डीसी है हर एक पता है स्वीडन कैपिटल स्टोकलोम है और इजराइल इजराइल कैपिटल जैरूसलिम है इज़राइल से रिलेटेड एक न्यूज़ इतने ही डिस्कस कर लेने बाकी तीन कंट्रज़ रिलेटेड न्यूज़ ने उन्होंने आपटेल्ड फॉर्म के डिस्कस करा हालांकि इजराइल रिलेटिड जी न्यूज़ है ज्यादा इंपोर्टेंट नहीं है सिंपल एक नाम याद रखना ब्री लाइफ ब्री लाइफ ब्री लाइफ एक मेडिसिन बनाई गई है कोविड नाइनटीन के लिए इजराइल द्वारा ਜਿਸ ਦੀ ਹਜੇ ਫਾਈਨਲ ਟੈਸਟਿੰਗ ਕੀਤੀ ਜਾ ਰਹੀ ਹੈ ਨਾਮ ਥੋੜਾ ਇੰਪੋਰਟ ਨਿਊਜ਼ ਦੇ ਵਿੱਚ ਆਇਆ ਸੀ ਇਸ ਕਰਕੇ ਅਸੀਂ ਰਿਵੀਜ਼ਨ ਲਈ ਡਿਸਕਸ ਕਰ ਰਹੇ ਹਾਂ ਇਜ਼ਰਾਈਲ ਦੇ ਵਿੱਚ ਬਰੀ ਲਾਈਫ ਬਰੀ ਲਾਈਫ ਨਾਮ ਦੀ ਮੈਡੀਸਿਨ ਡਵੈਲਪ ਕੀਤੀ ਗਈ ਹੈ ਕੋਵਿਡ 19 ਦੇ ਲਈ ਬਰੀ ਲਾਈਫ ਮੈਡੀਸਿਨ ਠੀਕ ਹੈ ਜੀ ਅੱਛਾ ਯੂਐਸਏ ਬਾਰੇ ਵੀ ਇੰਪੋਰਟ ਨਾਮ ਆਇਆ ਸੀਗਾ ਉਹ ਡਿਸਕਸ ਕਰ ਲੈਣੇ ਆ ਯੂਐਸਏ ਦਾ ਇੱਕ ਏਅਰਕ੍ਰਾਫਟ ਹੈ OC-RIS OC-RIS ओसी रिस ओर ओसी रिस आर ई जो कि अपने बेसिकली नासा द्वारा लॉन्च किया गया सी स्पेसक्राफ्ट है ओसी रिस जो कि अपनी पर्टिकुलर जगह पर पहुँच गया कितने पहुंचे बीनू एयर बीनू एंड एसटरॉयडे बीनू एक एसटरॉयड है जिथे ओसी रिस नाम का एयरक्राफ्ट जो कि यू एस ए पहुंच गया है बेसिकली अपनी जी जर्नी है टू थाउजेंड ट्वेंटी थ्री तक कंप्लीट करेगा इस करके ज़्यादा इंपोर्टेंट नहीं है सिंपल एक आ, अगर ਇੱਕ ਵਨ ਲਾਈਨਰ ਦੇ ਵਿੱਚ ਪੁੱਛਿਆ ਜਾਂਦਾ ਹੈ ਤਾਂ ਯਾਦ ਰੱਖਣਾ ਹੈ ਕਿ ਓਸੀ ਰਿਸ ਏਅਰਕ੍ਰਾਫਟ ਕਿਹੜੀ ਕੰਟਰੀ ਦਾ ਹੈ ਤਾਂ ਯੂਐਸਏ ਦਾ ਹੈ ਠੀਕ ਹੈ ਯਾਦ ਰੱਖਣਾ ਰਸ਼ੀਆ ਰਸ਼ੀਆ ਦੀ ਗੱਲ ਕਰਦੇ ਆਂ ਤਾਂ ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਦੀਮੀਰ ਪੁਤਿਨ ਦੁਆਰਾ ਇੱਕ ਟ੍ਰੀਟੀ ਹੈ ਜਿਸ ਨੂੰ ਬਧਾਨ ਦੀ ਗੱਲ ਕੀਤੀ ਗਈ ਹੈ ਬੇਸਿਕਲੀ ਸਟਾਰਟ ਇਸ ਨੂੰ ਸਟਾਰਟ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਜਿਹੜੀ ਕਿ ਯੂਐਸਏ ਔਰ ਰਸ਼ੀਆ ਦੇ ਵਿੱਚ 2011 ਦੇ ਵਿੱਚ ਫ फेब्रुवारी 2011 ਦੇ ਵਿੱਚ ਸ਼ੁਰੂ ਕੀਤੀ ਗਈ ਸੀ ਔਰ ਐਕਸਪਾਇਰ ਹੋ ਰਹੀ ਹੈ 2021 ਦੇ ਵਿੱਚ ਫ फेब्रुवारी 2021 ਦੇ ਵਿੱਚ ਇਹ ਖਤਮ ਹੋ ਰਹੀ ਹੈ ਇਸ ਨੂੰ 1 ਸਾਲ ਦੀ ਐਕਸਟੈਂਸ਼ਨ ਪ੍ਰੋਵਾਈਡ ਕਰਵਾਉਣ ਦੇ ਲਈ ਰਸ਼ੀਆ ਦੇ ਪ੍ਰੈਜ਼ੀਡੈਂਟ ਦੁਆਰਾ ਅਨਾਉਂਸ ਕੀਤਾ ਗਿਆ ਠੀਕ ਹੈ ਇਸ ਟਰੀਟੀ ਦੇ ਵਿੱਚ ਕੀ ਹੈ ਕਿ ਸਟ੍ਰੈਟੈਜਿਕ ਆਰਮਜ਼ ਰਿਡਕਸ਼ਨ ਟਰੀਟੀ ਹੈ ਇਹ ਸਟ੍ਰੈਟੈਜਿਕ ਆਰਮਜ਼ ਰਿਡਕਸ਼ਨ ਟਰੀਟੀ ਹੈ ਜਿਸ ਦੇ ਅੰਡਰ ਕੀ ਹੈ ਕਿ ਦੋਨੋਂ ਕੰਟਰੀਜ਼ ਆਪਣੇ ਜਿਹੜੀ ਦੋਨੋਂ ਕੰਟਰੀਜ਼ ਦੇ ਵਿੱਚ ਜਿਹੜੀ ਆਰਮਜ਼ ਨੇ ਜਿਹੜੀ ਬੇਸਿਕਲੀ ਕਹਿ ਸਕਦੇ ਡਿਫੈਂਸ ਇਕਵਿਪਮੈਂਟਸ ਨੇ ਉਹਨਾਂ ਨੂੰ ਇੱਕ ਪਾਰਟਿਕੂਲਰ ਨੰਬਰ ਤੱਕ ਹੀ ਇਨਕਰੀਜ਼ ਕਰੇਗੀ ਠੀਕ ਹੈ ये दोनों कंट्री डिसाइड किया गया से नैक्सट है यू एस ए द्वारा यू एस ए द्वारा एक काफ़ी इंट्रस्टिंग न्यूज़ है कि यू एस ए ने कराया गूगल उत्तर केस फाइल करे यू एस ए ने गूगल के उ केस फाइल करे क्वेश्चन पूछे जाएगा कि केड़ी कंट्री ने गूगल उत्ते केस किया किस दे कि यू एस गूगल है जी डोमीनेंट कर रही है कि जिन्हें भी मोबाइल कंपनीज वगैरह ने यह अपनी डोमीनेंस बना रही है इंटरनैट सर्च दे उत्ते कि ਜਿੰਨੇ ਬੇਸਿਕਲੀ ਫੋਰ ਐਗਜ਼ਾਮਪਲ Apple ਕੰ ਇਨਾਂ ਨੇ ਜਿਹੜਾ ਮੇਨ ਗੱਲ ਅਨਾਉਂਸ ਕੀਤੀ ਹੈ ਕਿ Apple ਕੰਪਨੀਜ਼ ਨੂੰ Google ਹਰ ਸਾਲ ਕਾਫੀ ਅਮਾਉਂਟ ਦੇ ਰਹੀ ਹੈ ਤਾਂਕਿ Apple ਕੰਪਨੀ ਆਪਣੇ ਮੋਬਾਈਲ ਫੋਨਸ ਦੇ ਵਿੱਚ Google ਨੂੰ ਡਿਫਾਲਟ ਬ੍ਰਾਊਜ਼ਰ ਬਣਾਵੇ ਠੀਕ ਹੈ ਜਿਸ ਕਰਕੇ ਕੰਪੀਟੀਟਰਸ ਨੂੰ ਔਰ ਕੰਜ਼ਿਊਮਰਸ ਨੂੰ ਨੁਕਸਾਨ ਹੋ ਰਿਹਾ ਹੈ Google ਦੇ ਉੱਤੇ ਇਸ ਕਰਕੇ ਕੇਸ ਕੀਤਾ ਗਿਆ ਨੈਕਸਟ ਹੈ ਸਵੀਡਨ ਸਵੀਡਨ ਨੇ ਚਾਈਨਾ ਦੀ ਹਵਾਈ ਕੰਪਨੀ ਨੂੰ ਬੈਨ ਕੀਤਾ 5G ਨੈਟਵਰਕ ਸ਼ੁਰੂ ਕਰਨ ਦੇ ਲਈ ਸਵੀਡਨ ਦੇ ਵਿੱਚ ਚਾਈਨੀਜ਼ ਹਵਾਈ ਕੰਪਨੀ ਨੂੰ ਸਵੀਡਨ ਦੇ ਵਿੱਚ 5G ਟੈਕਨੋਲੋਜੀ ਸ਼ੁਰੂ ਕਰਨ ਦੇ ਲਈ ਬੈਨ ਕੀਤਾ ਗਿਆ ਕਿ ਹਵਾਈ ਤੋਂ ਅਸੀਂ 5G ਟੈਕਨੋਲੋਜੀ ਯੂਜ਼ ਨਹੀਂ ਕਰਾਵਾਂਗੇ ਸਵੀਡਨ ਦੇ ਵਿੱਚ ਠੀਕ ਹੈ ਸਵੀਡਨ ਕੈਪੀਟਲ ਸਟਾਕਲੋਮ ਹੈ ਕਰੰਸੀ ਕਰੋਨ ਚਲਦੀ ਹੈ ਸਿਮਿਲਰ ਤਰੀਕੇ ਨਾਲ ਯਾਦ ਰੱਖਣਾ ਹੈ ਕਿ ਇੰਡੀਆ ਦੇ ਵਿੱਚ ਰਿਲਾਇੰਸ ਨੇ 5G ਟੈਕਨੋਲੋਜੀ ਸ਼ੁਰੂ ਕਰ ਦਿੱਤੀ ਹੈ ਠੀਕ ਹੈ 5G ਟੈਕਨੋਲੋਜੀ ਲਾਂਚ ਕੀਤੀ ਗਈ ਹੈ ਰੀਸੈਂਟਲੀ ਰਿਲਾਇੰਸ ਦੁਆਰਾ ठीक है इंडिया ने भी पहले हवाई में बैन किया और अनाउंस किया कि असं रिलायंस तो फाइव जी बनवावे रिलायंस ने फाइव जी टेस्ट की गई है नैक्सट स्टेट ऑफ ग्लोबल एयर टू थाउजेंड ट्वेंटी रिपोर्ट स्टेट ऑफ ग्लोबल एयर टू थाउजेंड ट्वेंटी रिपोर्ट जारी की गई है इस रिपोर्ट केंट्र द्वारा टॉप किया गया बेसिकली इस रिपोर्ट के दो पॉइंट पांच एक्सपोजर के न किया इंडिया ने कि जी इंडिया है इस ਗਲੋਬਲ 에ਅਰ ਦੇ ਵਿੱਚ ਜਿਹੜੀ ਪੋਲੂਸ਼ਨ ਹੈ ਕਹਿ ਸਕਦੇ ਐਅਰ ਪੋਲੂਸ਼ਨ ਹੈ ਕਾਫੀ ਜ਼ਿਆਦਾ ਇਨਕਰੀਜ਼ ਹੋ ਰਿਹਾ ਹੈ ਠੀਕ ਹੈ ਯਾਰ ਇਹਖਣੇ ਕਿਹੜੀ ਕੰਟਰੀ ਦੇ ਵਿੱਚ ਪੋਲੂਸ਼ਨ ਕਾਫੀ ਜ਼ਿਆਦਾ ਇਨਕਰੀਜ਼ ਹੋ ਰਿਹਾ ਹੈ ਤਾਂ ਇੰਡੀਆ ਦੇ ਵਿੱਚ ਅਨਾਉਂਸ ਕੀਤਾ ਗਿਆ ਜਿਸ ਨੂੰ ਰਿਲੀਜ਼ ਕੀਤਾ ਗਿਆ ਹੈਲਥ ਹੈਲਥ ਇਫੈਕਟ ਇੰਸਟੀਚਿਊਟ ਦੁਆਰਾ ਹੈਲਥ ਇਫੈਕਟਸ ਇੰਸਟੀਚਿਊਟ ਦੁਆਰਾ ਠੀਕ ਹੈ ਇਹਨਾਂ ਨੇ ਕੀ ਅਨਾਉਂਸ ਕੀਤਾ ਕਿ ਤਕਰੀਬਨ 16.7 ਲੱਖ ਲੋਕ 16.7 ਲੱਖ ਲੋਕ ਲੋਕਾਂ ਦੀ ਡੈਥ ਹੋਈ ਹੈ 2019 ਦੇ ਵਿੱਚ ਸਿਰਫ 에ਅਰ ਪੋਲੂਸ਼ਨ ਦੇ ਕਰਕੇ ਜਿਸ ਦੇ ਵਿੱਚ 1 ਲੱਖ ਤੋਂ ਜ਼ਿਆਦਾ ਬੱਚੇ ਐਸੇ ਨੇ ਜਿਨ੍ਹਾਂ ਦੀ ਸਿਰਫ ਏਜ 1 ਮਹੀਨਿਆਂ ਦੀ ਸੀ ਜਿਨ੍ਹਾਂ ਦੀ ਸਿਰਫ ਏਜ 1 ਮਹੀਨੇ ਤੋਂ ਵੀ ਘੱਟ ਏਜ ਦੇ ਬੱਚਿਆਂ ਦੀ ਵੀ ਡੈਥ ਹੋਈ ਹੈ ਸਿਰਫ 에ਅਰ ਪੋਲੂਸ਼ਨ ਕਰਕੇ ਠੀਕ ਹੈ ਇਸ ਨੂੰ ਜਾਰੀ ਕੀਤਾ ਗਿਆ ਹੈਲਥ ਇਫੈਕਟ ਇੰਸਟੀਚਿਊਟ ਦੁਬਾਰਾ ਕਿ ਇੰਡੀਆ ਦੇ ਵਿੱਚ ਸਟੇਟ ਆਫ ਗਲੋਬਲ 에ਅਰ ਦਾ ਜਿਹੜਾ ਪੋਲੂਸ਼ਨ 에ਅਰ ਪੋਲੂਸ਼ਨ ਕਹਿ ਸਕਦੇ ਹਾਂ ਕਿ ਇੰਨਾ ਜ਼ਿਆਦਾ ਹੋ ਚੁੱਕਾ ਹੈ ਠੀਕ ਹੈ ਅੱਛਾ ਇਸ ਦੇ ਰਿਲੇਟਡ ਇੱਕ ਚੀਜ਼ ਯਾਦ ਰੱਖਣੀ ਹੈ ਕਿ ਰੀਸੈਂਟਲੀ ਆਪਾਂ ਡਿਸਕਸ ਕੀਤਾ ਸੀ ਯੂਪੀ ਪੰਜਾਬ ਔਰ ਹਰਿਆਣਾ ਦੇ ਵਿੱਚ 에ਅਰ ਪੋਲਿਊਸ਼ਨ ਸਟੱਬਲ ਬਰਨਿੰਗ ਨੂੰ ਰੋਕਣ ਦੇ ਲਈ ਸਟੱਬਲ ਬਰਨਿੰਗ ਨੂੰ ਰੋਕਣ ਦੇ ਲਈ ਕਿਹਨਾਂ ਨੂੰ ਅਪੁਆਇੰਟ ਕੀਤਾ ਗਿਆ ਸੀ ਮਦਨ ਬੀ ਲੋਕਰ ਨੂੰ ਐਮ ਬੀ ਲੋਕਰ ਨੂੰ ਅਪੁਆਇੰਟ ਕੀਤਾ ਗਿਆ ਸੀ ਕਮੇਟੀ ਬਣਾਈ ਗਈ ਸੀ ਐਮ ਬੀ ਲੋਕਰ ਨੂੰ ਅਪੁਆਇੰਟ ਕੀਤਾ ਗਿਆ ਸੀ ਨੈਕਸਟ ਵਿਦ ਵਿਚ ਕੰਟਰੀ ਇੰਡੀਆ ਹੈਜ਼ ਸਾਈਨਡ ਐਮਓਯੂ ਇੰਡੀਆ ਨੇ ਐਮਓਯੂ ਸਾਈਨ ਕੀਤਾ ਕੈਪੈਸਿਟੀ ਬਿਲਡਿੰਗ ਦੇ ਲਈ ઓ ਸਟਰੈਂਥਨ ਦਾ ਅਕਾਊਂਟਿੰਗ ਫਾਈਨੈਂਸ਼ੀਅਲ ਐਂਡ ਆਡਿਟ ਨੋਲੇਜ ਆਡਿਟ ਨੋਲੇਜ ਦੇ ਲਈ ਇੰਡੀਆ ਨੇ ਕਿਹੜੀ ਕੰਟਰੀ ਦੇ ਨਾਲ ਐਗਰੀਮੈਂਟ ਸਾਈਨ ਕੀਤਾ ਹੈ ਪਪੂਆ ਨਿਊ ਗੀਨੀਆ ਦੇ ਨਾਲ ਪਪੂਆ ਨਿਊ ਗੀਨੀਆ ਦੇ ਨਾਲ ਇੰਡੀਆ ਦੁਆਰਾ ਐਗਰੀਮੈਂਟ ਸਾਈਨ ਕੀਤਾ ਗਿਆ ਠੀਕ ਹੈ ਕਿਹੜੀ ਕੰਟਰੀ ਦੁਆਰਾ ਐਗਰੀਮੈਂਟ ਸਾਈਨ ਕੀਤਾ ਗਿਆ ਪਪੂਆ ਨਿਊ ਗੀਨੀਆ ਦੇ ਨਾਲ ਅੱਛਾ ਇੰਡੋਨੇਸ਼ੀਆ ਦੀ ਗੱਲ ਕਰਦੇ ਹਾਂ ਕੈਪੀਟਲ ਕਰੰਸੀ ਅਗੇ ਲਿਖੀ ਹੈ ਇੰਡੋਨੇਸ਼ੀਆ ਕੈਪੀਟਲ ਜਕਾਰਤਾ ਕਰੰਸੀ ਰੁਪਿਆ ਚੱਲਦੀ ਹੈ फीडी फिजी कैपिटल सुवा करेंसी डॉलर चलदी है इंडोनेशिया ਦੇ ਨਾਲ ਇੰਡੀਆ ਨੇ ਮੈਰੀਟਾਈਮ ਕੋਆਪਰੇਸ਼ਨ ਦੇ ਲਈ ਐਗਰੀਮੈਂਟ ਸਾਈਨ ਕੀਤਾ ਸੀ ਯਾਦ ਰੱਖਣਾ ਜਿਸ ਤਰੀਕੇ ਨਾਲ ਆਸਟ੍ਰੇਲੀਆ ਦੇ ਨਾਲ ਲੌਜਿਸਟਿਕ ਸਪੋਰਟ ਐਗਰੀਮੈਂਟ ਸਾਈਨ ਕੀਤਾ ਗਿਆ ਸੀ ਠੀਕ ਹੈ ਇਜ਼ਰਾਈਲ ਦੇ ਨਾਲ ਕਲਚਰ ਦੇ ਰਿਲੇਟਡ ਐਗਰੀਮੈਂਟ ਸਾਈਨ ਕੀਤਾ ਸੀ ਜਾਪਾਨ ਦੇ ਨਾਲ ਟੈਕਸਟਾਈਲਸ ਰਿਲੇਟਡ ਐਗਰੀਮੈਂਟ ਸਾਈਨ ਕੀਤਾ ਸੀ ਸਾਰੇ ਐਗਰੀਮੈਂਟਸ ਯਾਦ ਰੱਖਣੇ ਨੇ ਜਾਰਜੀਆ ਜਾਰਜੀਆ कैपिटल ਬਿਲੀਸੀਆ ਕਰੰਸੀ ਲਾਰੀ ਚਲਦੀ ਹੈ ਪਪੂਆ ਨਿਊ ਗੀਨੀਆ कैपिटल ਪੋਰਟ ਮੋਰੇਸਬੀ ਹੈ करंसी कीना चलती है लेबनान लेबनान कैपिटल बीरट है करंसी पाउंड चलती ठीक है याद रखना नैक्सट विच ऑफ द फॉलोइंग स्टेट हैज टॉप्ड अमीनिया मुक्त भारत इंडैक्स टू थाउजेंड ट्वेंटी अनीमिया मुक्त भारत इंडैक्स टू थाउजेंड ट्वेंटी बेसिकली इंडिया की हेल्थ मिनिस्ट्री जी आप हमने डिस्कस की डॉक्टर हर्षवर्धन दिलाई है प्लस यूनीसैफ ਯੂਨਿਸੈਫ ਦਾ ਹੈੱਡਕੁਆਰਟਰ ਨਿਊਯਾਰਕ ਦੇ ਵਿੱਚ ਹੈ ਇਹ ਦੋਨਾਂ ਦਾ ਇੱਕ ਇਨੀਸ਼ੀਏਟਿਵ ਹੈ ਇੰਡੀਆ ਦੇ ਵਿੱਚੋਂ ਅਮੀਨੀਆ ਖਤਮ ਕਰਨਾ ਅਮੀਨੀਆ ਮੁਕਤ ਭਾਰਤ ਇੰਡੈਕਸ ਜਾਰੀ ਕੀਤਾ ਗਿਆ ਟੌਪ ਕੀਤਾ ਗਿਆ ਹਰਿਆਣਾ ਦੁਆਰਾ ਕਿਹੜੀ ਸਟੇਟ ਦੁਆਰਾ ਟੌਪ ਕੀਤਾ ਗਿਆ ਹਰਿਆਣਾ ਦੁਆਰਾ ਇਸ ਇੰਡੈਕਸ ਦੇ ਵਿੱਚ ਟੌਪ ਕੀਤਾ ਗਿਆ ਠੀਕ ਹੈ ਇਸ ਤੋਂ ਇਲਾਵਾ ਅਗਰ ਆਪਾਂ ਗੱਲ ਕਰੀਏ ਬਾਕੀ ਸਟੇਟਸ ਦੇ ਰਿਲੇਟਡ ਇਹਨਾਂ ਦੇ ਵਿੱਚੋਂ ਨਹੀਂ ਡਿਸਕਸ ਕਰਾਂਗੇ ਗੁਜਰਾ ਮਪੀ ਦੇ ਬਾਰੇ ਅਗਰ ਗੱਲ ਕਰੀਏ ਪੀ ਪ੍ਰਾਈਮ ਮਿਨਿਸਟਰ ਸਵਨਿਧੀ ਸਕੀਮ पीएम सोल एनर्जी स्कीम ਦੇ ਇੰਪਲੀਮੈਂਟੇਸ਼ਨ ਦੇ ਲਈ ਟੌਪ ਕੀਤਾ ਸੀ ਐਮਪੀ ਨੇ ਗੁਜਰਾਤ ਨੇ ਕਿਹੜੇ ਇੰਡੈਕਸ ਨੂੰ ਟੌਪ ਕੀਤਾ ਸੀ ਗੁਜਰਾਤ ਨੇ ਸਟਾਰਟਅਪ ਰੈਂਕਿੰਗ ਨੂੰ ਸਟਾਰਟਅਪ ਰੈਂਕਿੰਗ ਟੌਪ ਕੀਤੀ ਗਈ ਸੀ ਗੁਜਰਾਤ ਦੁਆਰਾ ਸੋਲਰ ਰੂਫਟਾਪ ਇੰਡੈਕਸ ਟੌਪ ਕੀਤਾ ਗਿਆ ਸੀ ਗੁਜਰਾਤ ਦੁਆਰਾ ਫੂਡ ਸੇਫਟੀ ਇੰਡੈਕਸ ਨੂੰ ਟੌਪ ਕੀਤਾ ਸੀ ਗੁਜਰਾਤ ਨੇ ਐਕਸਪੋਰਟ ਪ੍ਰੇਪੇਡਨੈਸ ਨੂੰ ਟੌਪ ਕੀਤਾ ਸੀ ਗੁਜਰਾਤ ਨੇ ਸਿਮਿਲਰ ਜੇ ਅਗਰ ਆਪਾਂ ਗੱਲ ਕਰੀਏ ਕੇਰਲਾ ਦੀ ਤਾਂ ਕੇਰਲਾ ਦੁਆਰਾ ਹੈਲਥ ਇੰਡੈਕਸ ਟੌਪ ਕੀਤਾ ਗਿਆ ਸੀ Uh, इस अलावा लिटरेसी इंडैक्स रिसेंटली जारी किया गया लिटरेसी इंडैक्स टॉप किया केरला ने लास्ट प्लेस से आंध्र प्रदेश रहा से आंध्र प्रदेश की गल करिए इसने ईज ऑफ डूइंग बिजनेस इंडैक्स टॉप किया ठीक है इस तरीके जिन्हें भी इंडैक्स ने सारे याद रखने ने कि स्टेट ने किड़ा इंडैक्स टॉप किया ठीक है एक लिस्ट बना के रखनी है याद रखने इसकी तो स्टेट रिटिड ले कुछ न्यूज़ ने असम के ले रिलटिड डिस्कस करते हैं असम के चीफ मिनिस्टर सर्बानंद सैनोवाल ने फाउंडेशन स्टोन रखिया असम अगर इंटरशनल ट्रेड सेंटर का असम अगर इंटरैशनल ट्रेड सेंटर गोलाघाट असम गोलाघाट असम के इस फाउंडेशन स्टोन रखे गए राजस्थान राजस्थान ऐसी दूसरी स्टेट बनी है जिसने रेजोल्यूशन पास किया फार्मर लॉ देर रिसेंटली आपकस किया कि सेंट्रल गौरमेंट द्वारा फार्मर लॉस पास किए गए हैं जिस अंडर एम एस पी वगैरह से काफ़ी कुछ स ਆਪਣੇ ਲਈ ਇੰਪੋਰਟੈਂਟ ਬਨੇਗਾ ਕਿ ਸਭ ਤੋਂ ਪਹਿਲੇ ਪੰਜਾਬ ਨੇ ਇਸ ਦੇ ਅਗੇਂਸਟ ਰੈਜ਼ੋਲੂਸ਼ਨ ਪਾਸ ਕੀਤਾ ਕਿ ਅਸੀਂ ਇਸ ਲਾਜ਼ ਨੂੰ ਆਪਣੀ ਸਟੇਟ ਦੇ ਵਿੱਚ ਇੰਪਲੀਮੈਂਟ ਨਹੀਂ ਕਰਾਂਗੇ ਔਰ ਉਸ ਤੋਂ ਬਾਅਦ ਰਾਜਸਥਾਨ ਐਸੀ ਦੂਸਰੀ ਸਟੇਟ ਬਣੀ ਹੈ ਜਿਸ ਨੇ ਇਸ ਨੂੰ ਅਨਾਉਂਸ ਕੀਤਾ ਠੀਕ ਹੈ ਗੁਜਰਾਤ ਗੁਜਰਾਤ ਦੀ ਗੱਲ ਕਰਦੇ ਹਾਂ ਗੁਜਰਾਤ ਦੀ ਇੱਕ ਸਕੀਮ ਸੀ ਦਿਨਕਰ ਯੋਜਨਾ ਗੁਜਰਾਤ ਨੇ ਕੁਝ ਨਹੀਂ ਕੀਤਾ ਦਿਨਕਰ ਯੋਜਨਾ ਦਾ ਨਾਮ ਕਿਸਾਨ ਸਰਵੋਧਿਆ ਯੋਜਨਾ ਕਰ ਦਿੱਤੇ ਠੀਕ ਹੈ ਸਿੰਪਲ ਯਾਦ ਰੱਖਣੇ ਕਿ ਕਿਸਾਨ ਸਰਵੋਧਿਆ ਯੋਜਨਾ ਕਿਹੜੀ ਸਟੇਟ ਗਵਰਨਮੈਂਟ ਦੀ ਹੈ ਗੁਜਰਾਤ ਦੀ ਹੈ इसका नाम दिनकर योजना तो चेंज किया गया नैक्स्ट द लास्ट ऑफ फोर इंडिजिनियसली बिल्ड एंटी सबमरीनफेर आई एन एस कावर आई एन एस कावर आई एन एस कावर एक वारफेयर एंटी सबमरीन है जिसनू कमीशन किया गया एंटी सबमरी सबमरीन वॉरफेयर है यानी कि जीडी सबमरीन होंगे ने टैकल करने के लिए हरा दे INS ਗਾਰਾਵਤੀ ਬਣਾਈ ਗਈ ਹੈ ਇਸ ਨੂੰ ਕਿੱਥੇ ਕਮਿਸ਼ਨ ਕੀਤਾ ਗਿਆ ਵਿਸ਼ਾਖਾ ਪਟਨਮ ਦੇ ਵਿੱਚ ਨੇਵਲ ਡੌਕਯਾਰਡ ਵਿਸ਼ਾਖਾ ਪਟਨਮ ਦੇ ਵਿੱਚ ਇਸ ਨੂੰ ਕਮਿਸ਼ਨ ਕੀਤਾ ਗਿਆ ਇਸ ਨੂੰ ਬਣਾਇਆ ਗਿਆ GRSE ਦੁਆਰਾ ਗਾਰਡਨ ਰੀਚ ਸ਼ਿਪ ਬਿਲਡਰਸ ਐਂਡ ਇੰਜੀਨੀਅਰਸ ਜਿਸ ਦਾ ਹੈੱਡ ਕੁਆਟਰ ਕੋਲਕਾਤਾ ਦੇ ਵਿੱਚ ਹੈ GRSE ਦੁਆਰਾ ਬਣਾਇਆ ਗਿਆ ਵਿਸ਼ਾਖਾ ਪਟਨਮ ਦੇ ਵਿੱਚ INS ਗਾਰਾਵਤੀ ਨੂੰ ਕਮਿਸ਼ਨ ਕੀਤਾ ਗਿਆ ਠੀਕ ਹੈ ਯਾਦ ਰੱਖਣਾ ਇਸ ਤੋਂ ਇਲਾਵਾ ਕੁਝ ਹੋਰ ਨਿਊਜ਼ ਨੇ ਦਿੱਲੀ ਰਿਲੇਟਡ ਵਿਸ਼ਾਖਾਪਟਨਮ ਰਿਲੇਟਡ ਹੋਰ ਡਿਸਕਸ ਕਰਦੇ ਆ ਸਭ ਤੋਂ ਪਹਿਲੇ ਬੰਬੇ ਬਾਰੇ ਯਾਦ ਰੱਖਣਾ ਕਾਲਾ ਘੋੜਾ ਫੈਸਟੀਵਲ ਮੁੰਬਈ ਦੇ ਵਿੱਚ ਬੰਬੇ ਯਾਨੀ ਕਿ ਮੁੰਬਈ ਕਾਲਾ ਘੋੜਾ ਫੈਸਟੀਵਲ ਆਰਗੇਨਾਈਜ਼ ਕੀਤਾ ਗਿਆ ਸੀ ਟੈਪ ਵਾਟਰ ਰੈਂਕਿੰਗ ਨੂੰ ਟੌਪ ਕੀਤਾ ਸੀ ਯੂਨਾਈਟਿਡ ਨੇਸ਼ਨ ਕ੍ਰੀਏਟਿਵ ਸਿਟੀਜ਼ ਨੈਟਵਰਕ ਦੀ ਲਿਸਟ ਦੇ ਵਿੱਚ ਬੰਬੇ ਨੂੰ ਐਡ ਕੀਤਾ ਗਿਆ ਸੀ ਫਿਲਮ ਦੇ ਵਿੱਚ ਫਿਲਮ ਕੈਟਾਗਰੀ ਦੇ ਵਿੱਚ ਇਸ ਦੇ ਨਾਲ ਹੀ ਹਾਈਦਰਾਬਾਦ ਨੂੰ ਐਡ ਕੀਤਾ ਗਿਆ ਸੀ ਗੈਸਟ੍ਰੋਨੋਮੀ ਕੈਟਾਗਰੀ ਦੇ ਵਿੱਚ ਕੋਲਕਾਤਾ ਦੇ ਬਾਰੇ ਹੁਣੇ ਆਪਾਂ ਡਿਸਕਸ ਕਰਕੇ ਹਟੇ ਸੀ ਫੂਲ ਬਗਨ ਰੇਲਵੇ ਸਟੇਸ਼ਨ ਬਣਾਇਆ ਗਿਆ ਹੈ ਕੋਲਕਾਤਾ ਵੈਸਟ ਬੰਗਾਲ ਦੇ ਨਜ਼ਦੀਕ ਹੁਗਲੀ ਰਿਵਰ ਦੇ ਕਿਨਾਰੇ ਇਸ ਤੋਂ ਇਲਾਵਾ ਕੋਲਕਾਤਾ ਦੇ ਵਿੱਚ ਈਡਨ ਗਾਰਡਨ ਦੇ ਵਿੱਚ ਇੰਡੀਆ ਔਰ ਬੰਗਲਾਦੇਸ਼ ਦਾ ਡੇ ਨਾਈਟ ਟੈਸਟ ਮੈਚ ਖੇਡਿਆ ਗਿਆ ਸੀ ਸਭ ਤੋਂ ਪਹਿਲੇ ਦਿੱਲੀ ਦਿੱਲੀ ਦੇ ਵਿੱਚ ਪੈਟਰੋਲੀਅਮ ਐਂਡ ਨੈਚਰਲ ਗੈਸ ਮਿਨਿਸਟਰ ਧਰਮਿੰਦਰ ਪ੍ਰਧਾਨ ਦੁਆਰਾ ਹਾਈਡਰੋਜਨ ਬਲੈਂਡਡ ਸੀਐਨਜੀ ਸਿਟੀ ਬੱਸਿਸ ਦਾ ਟਰਾਇਲ ਰਨ ਕੀਤਾ ਗਿਆ ਦਿੱਲੀ ਦੇ ਵਿੱਚ ਪੈਟਰੋਲੀਅਮ ਐਂਡ ਨੈਚੁਰਲ ਗੈਸ ਮਿਨਿਸਟਰੀ ਕੋਨ ਨੇ ਧਰਮੇਂਦਰ ਪ੍ਰਧਾਨ ਨੇ ਇਸ ਤੋਂ ਇਲਾਵਾ ਇਨਾਲਵੇ ਸਟੀਲ ਮਿਨਿਸਟਰੀ ਹੈ ਔਰ ਇਹਨਾਂ ਨੇ ਹਾਈਡਰੋਜਨ ਬਲੈਂਡ ਸੀਐਨਜੀ ਸਿਟੀ ਬੱਸਿਸ ਸੀਐਨਜੀ ਸਿਟੀ ਬੱਸਿਸ ਦੀ ਟਰਾਇਲ ਰਨ ਕੀਤੀ ਗਈ ਹੈ ਦਿੱਲੀ ਦੁਆਰਾ ਇਹਨਾਂ ਦੁਆਰਾ ਇਸ ਨੂੰ ਫਲੈਗਡ ਆਫ ਕੀਤਾ ਗਿਆ ਸੀ ਜੰਮੂ ਕਸ਼ਮੀਰ ਜੰਮੂ ਕਸ਼ਮੀਰ ਨੇ ਕੀ ਕੀਤਾ ਪੰਚਾਇਤੀ ਰਾਜ ਐਕਟ 1989 ਨੂੰ ਅਸੈਪਟ ਕੀਤਾ ਅਡਾਪਟ ਕੀਤਾ ਬੇਸਿਕਲੀ ਅਗਰ ਆਪਾਂ ਗੱਲ ਕਰਦੇ ਹਾਂ ਪੰਚਾਇਤ ਕਾਫੀ ਐਸੀ ਸਟੇਟਸ ਨੇ ਔਰ ਯੂਟੀਆਂ ਨੇ ਜਿੱਥੇ ਪੰਚਾਇਤ ਨਹੀਂ ਹੁੰਦੀਆਂ ਠੀਕ ਹੈ ਜਿਸੇ ਪੰਚਾਇਤ ਨਹੀਂ ਨੇ ਅਗਰ ਆਪਾਂ ਗੱਲ ਕਰਦੇ ਆਂ ਫੋਰ ਏਗਜ਼ਾਮਪਲ ਨਾਗਾਲੈਂਡ ਮੇਘਾਲਿਆ ਮਿਜ਼ੋਰਮ ਜਿਵੇਂ ਆਪਣੇ ਪੰਜਾਬ ਦੇ ਵਿੱਚ ਪੰਚਾਇਤਾਂ ਹੁੰਦੀਆਂ ਨੇ ਸਰਪੰਚ ਹੁੰਦੇ ਨੇ ਇਸ ਤਰੀਕੇ ਨਾਲੇ ਐਸੀ ਸਟੇਟਸ ਨੇ ਜਿੱਥੇ ਪੰਚਾਇਤਾਂ ਨਹੀਂ ਹੈ ਠੀਕ ਹੈ ਹੁਣ ਜੰਮੂ ਕਸ਼ਮੀਰ ਇੱਕ ਐਸੀ ਸਟੇਟ ਬਣ ਗਈ ਹੈ ਜਿਸ ਨੇ ਪੰਚਾਇਤੀ ਰਾਜ ਐਕਟ ਨੂੰ ਅਡਾਪਟ ਕਰ ਲਿਆ ਠੀਕ ਹੈ ਯਾਨੀ ਕਿ ਹੁਣ ਇੱਥੇ ਪੰਚਾਇਤ ਹੋਣਗੀਆਂ ਇਲੈਕਸ਼ਨਸ ਹੈਲਡ ਕੀਤੇ ਜਾਣਗੇ ਠੀਕ ਹੈ ਅਗਰ ਆਪਾਂ ਗੱਲ ਕਰਦੇ ਆਂ ਪੰਚਾਇਤ ਪੰਚਾਇਤੀ ਰਾਜ ਸਿਸਟਮ ਹੈ ਜਿਹੜਾ ਇਹ 243 ਆਰਟੀਕਲ ਦੇ ਵਿੱਚ ਆਉਂਦਾ ਹੈ ਅਗਰ ਅਗਰ ਗੱਲ ਕਰੀਏ 9th ਪਾਰਟ ਦੇ ਵਿੱਚ ਕਨਸਟੀਟਿਊਸ਼ਨ ਦੇ 25 ਪਾਰਟਸ ਦੇ ਵਿੱਚੋਂ 9th ਪਾਰਟ ਦੇ ਵਿੱਚ ਪਾਇਆ ਜਾਂਦਾ ਔਰ ਇਸ ਨੂੰ ਐਡ ਕੀਤਾ ਗਿਆ ਸੀ 1992 ਦੇ ਵਿੱਚ 1992 ਦੇ ਵਿੱਚ 76th 72nd 72nd ਅਮੈਂਡਮੈਂਟ ਦੇ ਨਾਲ ਇਸ ਨੂੰ ਐਡ ਕੀਤਾ ਗਿਆ ਸੀ ਠੀਕ ਹੈ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਔਰ ਕਿਸ ਨੇ ਅਗਰ ਗੱਲ ਕੀਤੀ ਜਾਵੇ ਕਿਸ ਕਮੇਟੀ ਦੁਆਰਾ ਇਸ ਨੂੰ ਰეკਮੈਂਡ ਕੀਤਾ ਗਿਆ ਸੀ ਬਲਵੰਤ ਰਾਏ ਮਹਿਤਾ ਕਮੇਟੀ ਦੁਆਰਾ ਯਾਦ ਰੱਖਣਾ विशाखापटनम की गल करते हैं आर पी एफ़ विशाखापटनम आर पी एफ रेलवे पुलिस फोर्स विशाखापटनम ने किया मेरी सहेली इनिशिएटिव आपका डिस्कस कियाद हो मेरी सहेली इनिशिएटिव लॉन्च किया गया सी जिस देंडर की किया गया वूमेन सेफ्टी के लिए वूमेन ऑफिसर्स अ डिपलॉय किए जाए ट्रेनज़ के सब तो पहली ऐसी ट्रेन केड़ी बनी है ए पी एक्सप्रैस जो कि विशाखापटनम तो न्यू दिल्ली तक चलती है आर पी एफ़ विशाखापटनम द्वारा डिपलॉय किया गया शुरू किया गया ਮੇਰੀ ਸਹੇਲੀ ਇਨੀਸ਼ੀਏਟਿਵ ਠੀਕ ਹੈ ਇਹ ਯਾਦ ਰੱਖਣਾ ਅੱਜ ਦੇ ਲਈ ਬਸ ਇਨਾ ਹੀ ਆਈ ਹੋਪ ਤੁਹਾਨੂੰ ਸੈਸ਼ਨ ਪਸੰਦ ਆਇਆ ਹੋਵੇਗਾ ਸੈਸ਼ਨ ਨੂੰ ਲਾਈਕ ਔਰ ਸ਼ੇਅਰ ਜਰੂਰ ਕਰਦੇ ਰਹੋ ਕਾਈਂਡਲੀ ਆਪਣੇ ਫਰੈਂਡਸ ਦੇ ਨਾਲ ਥੈਂਕ ਯੂ ਫॉर ਵਾਚਿੰਗ ਦ ਸੈਸ਼ਨ ਗੁੱਡ ਬਾਏ